किस हालात च पिया। इलाज तो बिना बेसहारा, घर दिया छत्ता भी ढाइया पईया। सुरजीत की हो गया? एक्सीडेंट हो एक्सीडेंट हो गया। किन्ने साल हो गए? पौने दो साल हो गए एक्सीडेंट हुए। पौने दो साल तो फिर मंजे ते पिया? हाँ जी, मंजे ती है जी, कोई इलाज नहीं होया। पहला पिंड जो पंगले पाए थे ओदे ने जिन्ना को होया जी करा लिया, बस मुड़ के कोई आ वीर आए नहीं, ये साड़ी थोड़ी मदद कर जांदे आ जी। रोटी पानी दा साडा खर्चा चली जांदा, हुण तां वीरे बस आ तुसीं देख लो, जमे बीत गया जी बस। तेरा पिंड केड़ा? आही है जी ताजू के। ताजू के? ताजू के जी। किन्ने भैण भरा तुसीं? अजी भाई पांच भैण भाई जी, एक भैण ओदा ब्याही हुई आ, तीन भाई पहला डेथ हो गई, तीन दी कल्ला ही बस मेरा एक्सीडेंट हो गया। हां जी, चार भरा सी एक भैण सी। हाँ जी, तीन भरा चढ़ाई कर गए, दो मंजे ते पिया। दाना मां तू तीन पुत्तां दे दुख चक के चल के भी चौथे नू मंजे ते पाई सांभी जानी है। धाना तू धाना शेरनिया मावा पंजाब दी साडे। कुछ बोलन नू भी लफ्ज नहीं है, इस मां नू हौसला देण लई भी कोई लफ्ज नहीं है। इस मां नू कहड़ी गल दा हौसला दईए? चार पुत सी, चारां दे विचों तीन तुर गए, एक पिया वा ओ इस हालत च पिया वा, ना जिउंदिआं च ना मरिआं च बेचारा। सिर ते छत भी है नहीं, कम कर तुसीं करदे हो? मैं करदी मेरे, मैं भी हुण जिद्दां दा पिया मंजे ते मैं भी नहीं करदी हुण, बस आ वीर जी इह कर जांदे ने कुछ माड़ा मोटा, कुछ सारा आ जांदे, जिहड़े नूं पता लगदा वी इहनां दा मुंडा बेड ते पिया गा ओह आ जांदे ने, 100 दे जांदा, कोई 50 दे दिंदा, ਇਹਨੂੰ ਦੁੱਧ ਪਾਣੀ ਲਿਆਉਣੀ, ਜਿਹੜਾ ਕੁਛ ਮੰਗਦਾ ਉਹੀ ਲਿਆ ਕੇ ਦੇ ਦਿੰਦੀ ਹਾਂ ਮੈਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਪਿੰਡ ਤਾਜੋ ਕੇ ਆਏ ਹੋਏ ਆ, ਜ਼ਿਲ੍ਹਾ ਬਰਨਾਲਾ। ਪਹਿਲਾਂ ਜਿਵੇਂ ਸੰਗਤ ਨੇ ਦੇਖਿਆ, ਅੱਜ ਅਸੀਂ ਮਲੋਟ ਤੋਂ ਆਏ ਆ। ਬਾਪੂ ਨਿਹੰਗ ਸਿੰਘ ਆ, ਗੱਡੀ ਦੇ ਵਿੱਚ ਹੀ ਪਏ ਨੇ ਬਾਪੂ ਜੀ, ਉਹਨਾਂ ਨੂੰ ਉੱਥੋਂ ਲੈ ਕੇ ਆਏ ਆ। ਮਲੋਟ ਪੁਲ ਦੇ ਥੱਲੇ ਪਏ ਸੀ। ਇਹ ਵੀਰ ਇੱਥੇ ਵੀ ਮਿਲਾਉਂਦੇ ਆ ਕਿਸ ਖੰਡਰ ਨੁਮਾ ਘਰ ਦੇ ਵਿੱਚ। ਇੱਕ ਨੌਜਵਾਨ ਵੀਰ ਪਿਆ ਜਿਹੜਾ ਹੱਡੀਆਂ ਦਾ ਪਿੰਜਰ ਬਣਿਆ ਪਿਆ, ਮਾਂ ਬਾਪ ਦਾ ਹੱਥਾਂ ਨਾਲ ਪਾਲਿਆ, ਦੁੱਧਾਂ ਪੁੱਤਾਂ ਨਾਲ ਪਾਲਿਆ, ਪੁੱਤ ਦੁੱਧ ਮੱਖਣੀਆਂ ਨਾਲ। ਕਿਸ ਹਾਲਾਤ ਚ ਪਿਆ? ਇਲਾਜ ਤੋਂ ਬਿਨਾਂ ਬੇਸਹਾਰਾ, ਘਰ ਦੀਆਂ ਛੱਤਾਂ ਵੀ ਢਈਆਂ ਪਈਆਂ। ਹਾਂਜੀ, ਸਤਿ ਸ੍ਰੀ ਅਕਾਲ ਵੀਰ, ਕੀ ਹਾਲ ਨੇ? ਠੀਕ ਆ ਜੀ, ਬਸ। ਕੀ ਨਾਂ ਤੇਰਾ? ਸਰਬਜੀਤ। ਸਰਬਜੀਤ, ਸਰਬਜੀਤ ਕੀ ਹੋ ਗਿਆ? एक्सीडेंट हो गया। कितने साल हो गए? पौने दो साल हो गए एक्सीडेंट हुए। पौने दो साल तो फिर मंजे ते पिया? हाँ जी, मंजे ती है जी, कोई इलाज नहीं होया। पहला पिंड जो पंगले पाए थे ओदे ने जिन्ना को होया जी करा लिया, बस मुड़ के कोई आ वीर आए नहीं, ये साड़ी थोड़ी मदद कर जांदे आ जी। रोटी पानी दा साडा खर्चा चली जांदा सी, ਹੁਣ ਤਾਂ ਵੀਰੇ ਬਸ ਆ ਤੁਸੀਂ ਦੇਖ ਲਓ, ਜਮੇ ਬੀਤ ਗਿਆ ਜੀ ਬਸ। ਤੇਰਾ ਪਿੰਡ ਕਿਹੜਾ? ਆਹੀ ਹੈ ਜੀ ਤਾਜੋ ਕੇ ਜੀ। ਤਾਜੋ ਕੇ? ਤਾਜੋ ਕੇ ਜੀ। ਕਿੰਨੇ ਭੈਣ ਭਰਾ ਤੁਸੀਂ? ਅਸੀਂ ਬਾਈ ਚਾਰ ਸੀਗੇ ਜੀ, ਚਾਰਾਂ ਚੋਂ ਤੇ ਪੰਜ ਆ, ਪੰਜ ਭੈਣ ਭਾਈ ਸੀ ਜੀ, ਇੱਕ ਭੈਣ ਉਹਦਾ ਵਿਆਹੀ ਹੋਈ ਆ, ਤਿੰਨ ਭਾਈ ਪਹਿਲਾਂ ਡੈਥ ਹੋ ਗਈ, ਤਿੰਨ ਦੀ ਕੱਲਾ ਜੀ ਬਸ ਮੇਰਾ ਐਕਸੀਡੈਂਟ ਹੋ ਗਿਆ। ਚਾਰ ਭਰਾ ਸੀ, ਇੱਕ ਭੈਣ ਸੀ। ਹਾਂਜੀ, ਤੇ ਤਿੰਨ ਭਰਾ ਚੜਾਈ ਕਰ ਗਏ। ਹਾਂਜੀ, ਦੋ ਮੰਜੇ ਤੇ ਪਿਆ। ਮਾਂ ਬਾਪ? ਮਾਂ ਕੀ ਸਾਂਭ ਵੀ ਜਾਂਦੀ ਆ। ਦਾਨਾ ਮਾਂ ਤੂੰ ਤਿੰਨ ਪੁੱਤਾਂ ਦੇ ਦੁੱਖ ਚੱਕ ਕੇ ਚੱਲ ਕੇ ਵੀ ਚੌਥੇ ਨੂੰ ਮੰਜੇ ਤੇ ਪਾਈ ਸਾਂਭੀ ਜਾਂਦੀ ਹੈ। ਧਾਨਾ ਤੂੰ ਧਾਨਾ ਸ਼ੇਰਨੀਆਂ ਮਾਵਾਂ ਪੰਜਾਬ ਦੀਆਂ ਸਾਡੇ। ਵਾਹ ਰੱਬਾ, ਕੁਛ ਬੋਲਣ ਨੂੰ ਵੀ ਲਫ਼ਜ਼ ਨਹੀਂ ਹੈਗੇ। ਇਸ ਮਾਂ ਨੂੰ ਹੌਸਲਾ ਦੇਣ ਲਈ ਵੀ ਕੋਈ ਲਫ਼ਜ਼ ਨਹੀਂ ਹੈਗੇ। ਇਸ ਮਾਂ ਨੂੰ ਕਿਹੜੀ ਗੱਲ ਦਾ ਹੌਸਲਾ ਦਈਏ? ਚਾਰ ਪੁੱਤ ਸੀ, ਚਾਰਾਂ ਦੇ ਵਿੱਚੋਂ ਤਿੰਨ ਤੁਰ ਗਏ, ਇੱਕ ਪਿਆ ਵਾ
ਉਹ ਇਸ ਹਾਲਤ ਚ ਪਿਆ ਵਾ, ਨਾ ਜਿਉਂਦਿਆਂ ਚ ਨਾ ਮਰਿਆਂ ਚ ਵਿਚਾਰਾ, ਤੇ ਸਿਰ ਤੇ ਛੱਤ ਵੀ ਹੈ ਨੀ, ਬਸ ਮਾਰੋ ਅਸੀਂ ਆਏ ਤੇਰੇ ਪੁੱਤ ਆ ਅਸੀਂ ਵੀ, ਅਸੀਂ ਸਰਬਜੀਤ ਨੂੰ ਨਾਲ ਲੈ ਕੇ ਜਾਵਾਂਗੇ ਉੱਥੇ, ਆਪੇ ਦਾ ਜੋ ਵੀ ਇਲਾਜ ਹੋ ਸਕੂਗਾ ਨਾ ਉੱਥੇ ਰੱਖ ਕੇ ਕਰਾਵਾਂਗੇ, ਤੂੰ ਵੀ ਨਾਲ ਰਹਿਣਾ ਉੱਥੇ। ਵਾਹਿਗੁਰੂ ਮਿਹਰ ਕਰਨ, ਸੱਚੇ ਪਾਤਸ਼ਾਹ ਕਿਰਪਾ ਕਰਨ, ਕੋਈ ਇਸ ਤਰ੍ਹਾਂ ਦਾ ਹੱਲ ਨਿਕਲੇ ਵੀ ਆਪਣੇ ਪੈਰਾਂ ਤੇ ਹੋ ਸਕੇ, ਹਨਾ ਗੁਰੂ ਬਸ ਇਹੀ ਕਿਰਪਾ ਕਰਨ। ਦੇ ਮਿਰਜੇ ਜੀ ਤਾਂ ਵੀ ਆਪਦੇ ਪੈਰਾਂ ਤੇ ਖੜਾ ਹੋ ਜਾਓ, ਹੋਰ ਕੋਈ ਨਾ ਕੋਈ ਉਹ ਨਹੀਂ, ਬਸ ਮਹਾਰਾਜ ਮਿਹਰ ਕੰਮ ਕਰਨ, ਨਾ ਹੀ ਉਹ ਮੈਂ ਤੈਨੂੰ ਆਪ ਹੀ ਕਰਕੇ ਖਵਾਉਣੀ, ਆਪ ਹੀ ਖਵਾ ਦੂੰ ਹੁਣ ਵੀ ਮੈਂ ਤਾਂ। ਵਾਹਿਗੁਰੂ ਵਾਹਿਗੁਰੂ, ਕੰਮ ਕਰ ਤੁਸੀਂ ਕਰਦੇ ਹੋ? ਮੈਂ ਹੀ ਕਰਦੀ ਵੀਰ, ਮੈਂ ਵੀ ਹੁਣ ਜਿੱਦਾਂ ਦਾ ਇਹ ਪਿਆ ਮੰਜੇ ਤੇ ਮੈਂ ਵੀ ਨਹੀਂ ਕਰਦੀ ਹੁਣ ਤਾਂ, ਬਸ ਆਹ ਵੀਰ ਜੀ ਇਹ ਕਰ ਜਾਂਦੇ ਨੇ ਕੁਛ ਮਾੜਾ ਮੋਟਾ, ਕੁਛ ਆ ਰਾਹ ਜਾਂਦੇ, ਜਿਹੜੇ ਨੂੰ ਪਤਾ ਲੱਗਦਾ ਵੀ ਇਹਨਾਂ ਦਾ ਮੁੰਡਾ ਬੈਡ ਤੇ ਪਿਆ ਗਾ, ਉਹ ਆ ਜਾਂਦੇ ਨੇ, 100 ਦੇ ਜਾਂਦਾ ਕੋਈ, 50 ਦੇ ਦਿੰਦਾ, ਇਹਨੂੰ ਦੁੱਧ ਪਾਣੀ ਲਿਆਉਂਦੀ, ਜਿਹੜਾ ਕੁਛ ਮੰਗਦਾ ਉਹੀ ਲਿਆ ਕੇ ਦੇ ਦਿੰਦੀ ਹਾਂ ਮੈਂ। ਹੋਰ ਮੈਂ ਤਾਂ ਵੀ ਆਹੀ ਜੀ ਵੀਰ ਜੀ ਕਰ ਸਕਦੀ ਹਾਂ, ਮੈਂ ਤਾਂ ਜਿੰਨੇ ਕੁ ਜੋਖ ਰਹੀ ਹਾਂ ਕੰਮ ਵਿੱਚ। ਡੈਡੀ ਇਹਨੂੰ, ਡੈਡੀ ਇਹਨਾਂ ਦਾ ਬਸ ਆਪਦਾ ਕਾਰ ਕਰਦਾ ਖਾਂਦਾ। ਸ਼ਰਾਬ ਸ਼ਰੂ ਪੀਂਦੇ ਜਾਣਾ? ਹਾਂਜੀ ਸਤਿ ਸ਼੍ਰੀ ਅਕਾਲ ਭਾਈ। ਤੁਸੀਂ ਵੀਡੀਓ ਭੇਜੀ ਸੀ ਨਾ, ਬੋਲੇ ਸੀ? ਹਾਂ ਅਸੀਂ ਵੀ ਭੇਜੀ ਸੀ, ਸਾਡੇ ਤਾਂ ਕਈ ਵਾਰੀ ਭੇਜਤੀ ਜੀ ਵੀਡੀਓ, ਤਾਂ ਜੀ ਜੀ ਬਿਜੀ ਹੁੰਦੇ, ਜ਼ਿਆਦਾ ਨਹੀਂ ਆਇਆ। ਨਹੀਂ ਸਾਡਾ ਮਹਾਰਾਜ ਨੇ ਸੀ ਭਾਈ, ਮਹਾਰਾਜ ਨੇ ਇਹ ਜੀ ਲਾਈ ਹੈ ਭਾਈ। ਅੱਜ ਵੀ ਅਸੀਂ ਮਲੋਟ ਤੋਂ ਆਏ ਹਾਂ, ਬਾਪੂ ਗੱਡੀ 'ਚ ਪਿਆ ਵਿਚਾਰਾ ਇੱਕ, ਉਹਨੂੰ ਲੈ ਕੇ ਆਏ, ਚੱਕ ਕੇ ਸਾਡੇ ਮਨ 'ਚ ਸੀ ਵੀ ਅਸੀਂ ਇਹਦੇ ਕੋਲੇ ਹੋ ਕੇ ਜਾਣਾ ਅੱਜ, ਤੇ ਬਾਕੀ ਕਰਮਾਂ ਦੀ ਹੈ ਭਾਈ, ਜਦੋਂ ਅਨਜਲ ਹੈ ਨਾ, ਜਦੋਂ ਹੋਣਾ ਮਹਾਰਾਜ ਨੇ ਉਦੋਂ ਹੀ ਲੈਣਾ, ਸਾਡੇ ਹੱਥ ਬਸ ਵੀ, ਸਾਡੇ ਹੱਥ ਬਸ ਵੀ ਕੁਛ ਨਹੀਂ ਹੈਗਾ, ਉਹ ਸਭ ਅਕਾਲ ਪੁਰਖ ਵਾਹਿਗੁਰੂ ਤੈਅ ਕਰਦਾ। ਇਹਨਾਂ ਦਾ ਵਿਚਾਰਾਂ ਦਾ ਹੈ ਹੀ ਨਹੀਂ ਜੀ ਕੋਈ ਸਹਾਰਾ, ਬਿਲਕੁਲ ਹੀ ਤੁਹਾਨੂੰ ਦਿਖ ਹੀ ਰਿਹਾ ਹੈਗਾ ਦੱਸਣ ਦੀ ਲੋੜ ਨਹੀਂ। ਇਹ ਘਰ ਦੇ ਹਾਲਾਤ ਕਿੱਦਾਂ, ਇੱਦਾਂ ਹੋਏ ਪਹਿਲਾਂ ਤੋਂ ਹੀ ਇੱਦਾਂ ਸੀ ਜਾਂ? ਨਹੀਂ ਪਹਿਲਾਂ ਸਰਕਾਰੀ ਪਾ ਕੇ ਦੇਖਿਆ ਸੀ ਵੀਰ ਜੀ, ਇਹ ਨਾ ਢਾਲ ਨਹੀਂ ਬਣਾਈ ਕਿਸੇ ਲੋਟ ਵਿੱਚ, ਢਾਲ ਨਹੀਂ ਹੈਗੀ ਇਹਦੇ ਤੇ, ਪਾਣੀ ਖੜ ਖੜ ਨਾ ਜਿਵੇਂ ਆਪਣਾ ਟੋਬਾ ਲੱਗ ਜਾਂਦਾ, ਇਸ ਲੋਟ ਟੋਬਾ ਲੱਗ ਜਾਂਦਾ ਸੀ, ਇਹ ਅਸੀਂ ਕਿਸੇ ਵਗ ਗਏ ਸੀਗੇ ਮਹੀਨਾ ਕੁ ਨਰਮਾ ਚੁਗਣ, ਇਹ ਚ ਪਾਣੀ ਖੜ ਖੜ ਕੇ ਜਮੀ ਥੱਲੇ ਵੜ ਗਿਆ ਛੱਤਾਂ ਨੂੰ। ਗੇਟ ਗੂਟ ਕਿੱਧਰ ਗਏ ਜੀ? ਇਹ ਨਾ ਮਤਲਬ ਨਾ ਉਦੋਂ ਜਦੋਂ ਬਣਾਈਆਂ ਉਦੋਂ ਸੀਗਾ ਮਈ ਜੂਨ ਦਾ ਮਹੀਨਾ, ਗਰਮੀ ਵਾਲੀ ਸੀਗੀ, ਇਹ ਖੁਸ਼ਕ ਲੱਗਿਆ ਕੁਛ, ਇਹ ਖੁਸ਼ਕ ਲੱਗਿਆ ਕੁਛ ਟਾਈਮ, ਇਹ ਚੱਲੀਆਂ ਸਾਰੀਆਂ ਹੀ ਆਈ ਹੋ ਗਈਆਂ ਫਿਰ ਇਹ ਸਾਰੇ ਘਰਾਂ ਦੇ, ਇਹ ਸਰਕਾਰ ਵੱਲੋਂ ਬਣਾ ਕੇ ਦਿੱਤੇ ਸੀ ਸਰਕਾਰ ਨੇ ਬਣਾਏ ਜੀ 97 ਤੋਂ ਬਾਅਦ। ਸਰਬਜੀਤ ਐਕਸੀਡੈਂਟ ਤੇਰਾ ਕਿਵੇਂ ਹੋ ਗਿਆ? ਵੇਟਰਾਂ ਨਾਲ ਜਾਂਦਾ ਸੀ ਜੀ ਕੰਮ ਤੇ। ਕਿੱਥੇ ਜਾਂਦਾ ਸੀ? ਵੇਟਰਾਂ ਨਾਲ ਮਲੋਟ ਜਾਂਦਾ ਸੀ ਜੀ ਕੰਮ ਤੇ। ਵੇਟਰਾਂ ਨਾਲ ਮਤਲਬ ਪੈਲਸਾਂ ਚ? ਹਾਂਜੀ। ਅੱਛਾ ਪੈਲਸਾਂ ਦੇ ਵਿੱਚ? ਉਹ ਜਿਹੜਾ ਇੱਕ ਗਾਇਕ ਆ ਜੀ ਸਿੱਪੀ ਗਿੱਲ, ਹਾਂ ਉਹਦੀ ਭੈਣ ਦੀ ਸ਼ਾਦੀ ਸੀ ਜੀ। ਅੱਛਾ ਜੀ। 2021 ਚ ਉਹਦੀ ਭੈਣ ਦੇ ਵਿਆਹ ਚ ਉੱਥੇ ਘਰੇ ਉਹਨਾਂ ਦੇ ਡੈਕੋਰੇਸ਼ਨ ਕਰਨੀ ਸੀ। ਅੱਛਾ। ਉਹਦਾ ਸਮਾਨ ਲੈ ਕੇ ਗਏ ਸੀ ਜੀ ਟਰੱਕ ਭਰ ਕੇ। ਅੱਛਾ ਜੀ। ਉਹ ਟਰੱਕ ਮੂਹਰੇ ਪਿਕ ਅਪ ਗੱਡੀ ਆ ਗਈ ਰਾਤ ਨੂੰ ਦਾ 11:45 ਤੇ ਉਹ ਗੱਡੀ ਆਈ ਜੀ, ਉਹ ਗੱਡੀ ਨੂੰ ਬਚਾਉਣ ਲੱਗਿਆ ਡਰਾਈਵਰ, ਗੱਡੀ ਬਚਾ ਕੇ ਲੰਘਾ ਲਈ, ਉਹ ਪਿਕ ਅਪ ਗੱਡੀ ਬਚਾ ਲਈ, ਆਪ ਜਾ ਕੇ ਬੋਰਡ ਚ ਮਾਰੀ, ਜਦੋਂ ਸੰਭਲੀ ਨਾ ਗੱਡੀ, ਸਪੀਡ ਵਾਲੀ ਸੀ। ਤੁਸੀਂ ਟਰੱਕ ਚ ਸੀ? ਅਸੀਂ ਟਰੱਕ ਚ ਸੀ 9 ਜਾਣੇ ਜੀ। 9 ਚ ਜੀ ਡਰਾਈਵਰ ਆਪ ਪਾਟ ਗਿਆ, ਜਦੋਂ ਸਟੇਅਰਿੰਗ ਖੁੱਭ ਗਿਆ ਢਿੱਡ ਪਾਟ ਕੇ ਉਹਦਾ ਥਾਂ ਹੀ ਮੁੱਕ ਗਿਆ। ਅੱਛਾ। ਮੇਰਾ ਮਣਕਾ ਟੁੱਟ ਗਿਆ ਸੀ, ਤੇੜ ਖਾ ਗਿਆ ਸੀ ਧੌਣ ਦਾ, ਮੇਰਾ ਉਦੋਂ ਹੀ ਸਰੀਰ ਖੜ ਗਿਆ। ਬਾਕੀ ਮੇਰੇ ਨਾਲ 7 ਜਾਣੇ ਸੀ ਜੀ, ਰੱਬ ਦੀ ਕੋਈ ਕਿਰਪਾ, ਕਿਸੇ ਦੇ ਫੁੱਲ ਦੀ ਨੀ ਲੱਗੀ ਜੀ। ਤੇਰਾ ਮਣਕਾ ਟੁੱਟ ਗਿਆ, ਡਰਾਈਵਰ ਮਰ ਗਿਆ। ਹਾਂਜੀ। ਬਸ ਉਦੋਂ ਬਾਅਦ ਆਪਰੇਸ਼ਨ ਕਰਾ ਲਿਆ ਪੀਜੀਆਈ ਚ। ਅੱਛਾ, ਸਾਰਾ ਤੇਰਾ ਆਪਰੇਸ਼ਨ ਹੋਇਆ ਹੋਇਆ? ਹਾਂਜੀ, ਪਲੇਟ ਪਾਈ ਹੋਈ ਆ ਇੱਥੇ, ਤੇ ਉਹ ਪਲੇਟ ਪਵਾਲੀ, ਪਿੰਡ ਚ ਪੈਸੇ ਇਕੱਠੇ ਕਰ ਲਏ ਜੀ 2-3 ਵਾਰੀ, ਕੋਈ ਉਹ ਵੀ ਨੀ ਹੋਇਆ ਜੀ, ਮੁੜ ਕੇ ਫਰਕ ਨੀ ਪਿਆ ਜੀ ਕੋਈ, ਬਸ ਆ ਪਿਆ ਜੀ। ਆ ਸਰੀਰ ਹੱਥ ਪੈਰ ਖੜਦੇ ਖੜਦੇ ਖੜੇ ਬਿੰਗੇ ਹੋ ਗਏ, ਜਿਵੇਂ ਹੱਥ ਸੁੱਕ ਗਏ ਹਨਾ। ਇਹ ਆਏ ਆ ਵੀਰ ਜੀ, ਮਤਲਬ ਨਾ ਪਹਿਲਾਂ ਕਰਾਇਆ ਸੀਗਾ ਪੈਸੇ ਇਕੱਠੇ ਪਿੰਡ ਚੋਂ, ਉਹਦੇ ਨਾਲ ਆਪਰੇਸ਼ਨ ਹੋ ਗਿਆ, ਦੁਬਾਰਾ ਫੇਰ ਕਰੇ ਸੀਗੇ, ਜ਼ਖਮ ਨਾ ਦਿਖਾਈਗਾ ਦੂਰ, ਇਹ ਉੱਤੇ ਸੀ। ਅੱਛਾ, ਪੈਰ ਇਦਾਂ ਹੀ ਗਲ ਗਏ? ਹਾਂਜੀ, ਇਹ ਤਾਂ ਹੁਣ ਜਮਾ ਠੀਕ ਆ ਵੀਰ ਜੀ, ਆ ਦੇਖਿਆ ਤਾਂ ਜਮਾ ਠੀਕ ਹੋ ਗਏ ਤਾਂ ਨਾ, ਤੇ ਇੰਨੇ ਇੰਨੇ ਜਮੇ ਆ ਹੱਡੀ ਸੀਗੇ, ਜਮਾ ਹੀ ਹੱਡੀ ਦਿੰਦੇ ਸੀ, ਤਾਂ ਕੱਲੇ ਹੀ ਤਾਂ ਇਹ ਬਹੁਤ ਠੀਕ ਆ। ਉਹਨੇ ਦਾ ਟ੍ਰੀਟਮੈਂਟ ਕਿੱਥੋਂ ਚੱਲਦਾ? ਹੁਣ ਤਾਂ ਜੀ ਕਿਤੋਂ ਨੀ ਚੱਲਦਾ ਹੈਗਾ, ਹੁਣ ਤਾਂ ਘਰੇ ਹੀ ਆ ਬਸ, ਮੈਂ ਹੀ ਜਿਹੜੀ ਦਵਾਈ ਦੇਈ ਜਾਂਦੀ ਹਾਂ, ਪੱਟੀ ਪੁੱਟੀ ਕਰ ਦਿੰਦੀ ਹਾਂ ਜੀ, ਹੋਰ ਕਿਤੋਂ ਨੀ ਕੁਛ ਵੀ ਆਉਂਦਾ ਹੈਗਾ, ਬਸ ਅਸੀਂ ਆਪ ਹੀ ਮੈਂ ਇਕੱਲੀ ਜਾਣੀ ਕਰਦੀ ਹਾਂ। ਇਹ ਤਾਂ ਅਸਲੀ ਵੀਰ ਜੀ ਕੀ ਹੋਇਆ ਨਾ, ਇਹ ਰਤਵਾੜਾ ਹੈਗਾ ਜੀ, ਤੁਸੀਂ ਜਾਣਦੇ ਹੋਵੋਗੇ, ਲੈ ਗਏ ਸੀਗੇ ਅਸੀਂ, ਉੱਥੇ ਲੈ ਗਏ, ਉੱਥੇ ਖਰਾਬ ਹੋਇਆ ਜਾ ਕੇ ਸਮਝਾ ਦੇ। ਉਹ ਕੀ ਰਤਵਾੜਾ ਕੀ ਹੈ? ਰਤਵਾੜਾ ਸਾਹਿਬ ਉੱਥੇ ਵੀ ਕੀ ਕੀ ਨਾ ਸੁਣੀ, 22 ਵਰਨ ਹੈ ਜੀ ਇੱਕ, ਉੱਥੇ ਇੱਕ ਵੀਰ ਮਨੀਸ਼ ਆ। ਅੱਛਾ ਜੀ। ਉੱਥੇ ਵੀ ਮਨੁੱਖ ਦੀ ਸੇਵਾ, ਮਨੁੱਖਤਾ ਦੀ ਸੇਵਾ, ਮਨੁੱਖਤਾ ਦੀ ਸੇਵਾ, ਰੱਬ ਦੀ ਸੇਵਾ ਆਸਰਮ ਬਣਿਆ ਜੀ, ਉਹ ਵੀ ਮਰੀਜ਼ਾਂ ਨੂੰ ਰੱਖਦੇ, ਉਹ ਕੱਲੀ ਸਪਾਈਨਲ ਕੋਰਡ ਦੇ ਮਰੀਜ਼ ਰੱਖਦੇ ਜ਼ਿਆਦਾ। ਅੱਛਾ। ਉਹ ਲੈ ਗਏ ਸੀ ਜੀ, ਆਹ ਵੀਡੀਓ ਤੁਹਾਨੂੰ ਦਿਖਾ ਦਿੰਦੇ ਹਾਂ।
ਤੇ ਉਹਨਾਂ ਕੋਲੇ ਜੀ ਉਹ ਕਹਿੰਦੇ ਸੀ ਵੀ ਅਸੀਂ ਸਾਂਭ ਸੰਭਾਲ ਕਰਾਂਗੇ। ਮੇਰੇ ਜਿੱਦੇ ਮੈਨੂੰ ਘਰੋਂ ਚੱਕ ਕੇ ਲੈ ਕੇ ਗਏ ਆ ਜੀ, ਮੇਰੇ ਜਾਂਦੇ ਦੇ ਢੂਹੀ ਤੇ ਇੱਕੋ ਹੀ ਜ਼ਖਮ ਸੀ ਕੱਲਾ ਜੀ। ਜਦੋਂ ਮੈਨੂੰ ਵੀਰੇ ਉੱਥੇ ਲੈ ਗਏ, ਮੇਰਾ ਪੁੜਿਆਂ ਤੇ ਵੀ ਜ਼ਖਮ ਹੋ ਗਏ, ਪਿੱਠੇ ਤੇ ਵੀ ਹੋ ਗਏ, ਕੋਈ ਨਾ ਕੋਈ ਨਾ, ਦੇਖਦੇ ਆ ਤੇ ਉਹ ਲੱਤਾਂ ਤੇ ਵੀ ਹੋ ਗਏ ਵੀਰ ਜੀ। ਬਾਹਲੀ ਗੱਲ ਕੀ ਹੈ, ਜਦੋਂ ਉੱਥੋਂ ਆ ਕੇ ਅਸੀਂ ਬਠਿੰਡੇ ਦਿਖਾਉਣ ਗਏ, ਡਾਕਟਰਾਂ ਨੇ 8 ਲੱਖ ਰੁਪਏ ਮੰਗਿਆ ਸੀ, ਕਹਿੰਦੇ ਆਪਰੇਸ਼ਨ ਕਰਕੇ ਲੱਤਾਂ ਵੱਢਾਂਗੇ ਮੁੰਡੇ ਦੀ। ਪੈਸੇ ਵੀਰੇ ਸਾਡੇ ਕੋਲ 8 ਨਹੀਂ ਸੀ, 8 ਰੁਪਏ ਵੀ ਨਹੀਂ ਸੀ ਯਾਰ ਕੇ ਘਰੇ, ਮੁੰਡੇ ਘਰੇ ਆ ਕੇ ਰੋਈ ਗਏ ਬੈਠੇ ਕੀ ਬਸ ਜੀ ਆ ਪਏ ਆ। ਵੀਰ ਆ ਜਾਂਦੇ ਆ ਮੌੜ ਤੋਂ, ਮੌੜ ਮੰਡੀ ਤੋਂ, ਇਹਨਾਂ ਦਾ ਬਚਾ ਰਹਿੰਦਾ। ਅੱਜ ਵੀਰੇ ਮੋੜਾਂ ਵਾਲਾ ਕਿੱਥੇ ਬਾਈ, ਧੰਨਵਾਦ ਆ ਜੀ, ਸਾਰੀ ਉਮਰ ਇਹਨਾਂ ਦਾ ਦੇ ਨਹੀਂ ਦੇ ਸਕਦੇ। ਜਿਹੜੇ ਵਿਚਾਰਾ ਮਹੀਨੇ ਤੋਂ ਆਏ ਸਾਨੂੰ ਮਦਦ ਕਰਕੇ ਜਾਂਦੇ ਆ ਸਾਡੀ, ਉਹ ਭੈਣਾਂ ਬਾਹਰ ਬੈਠੀਆਂ ਜਿਹੜੀਆਂ ਭਾਈ ਜੀ ਭੇਜਦੀਆਂ, ਉਹਨਾਂ ਦਾ ਵੀ ਧੰਨਵਾਦ ਹੈ ਜਿਹੜੀਆਂ ਵਿਚਾਰੀਆਂ ਇੰਨੀਆਂ ਮਦਦ ਕਰਦੇ। ਨਹੀਂ ਤਾਂ ਭਾਈ ਜੀ ਬਸ ਪਿਓ ਮੇਰਾ ਉਹ ਤਾਂ ਕਦੇ ਮੈਨੂੰ ਜਿੱਦੇ ਨਹੀਂ 7 ਵਜੀ ਆ, ਕਦੇ ਬਾਪ ਨੇ ਐਂ ਵੀ ਨਹੀਂ ਕਿਹਾ ਵੀ ਭਾਈ ਤੇਰੇ 7 ਵਜੀ ਆ ਤੂੰ ਠੀਕ ਆ ਜਾਣਾ। ਕੀ ਕਰਦਾ ਉਹ, ਮਤਲਬ ਘਰੇ ਨਹੀਂ ਆਉਂਦਾ? ਘਰੇ ਆਉਂਦੇ ਆ ਜੀ, ਆ ਪੁੱਛ ਲਓ ਵੀ ਮੈਂ ਕੁਛ ਨਹੀਂ, ਬਸ ਕਰਦਾ ਆਪਦਾ ਜਿੰਨਾ ਕਰਦਾ ਜੀ ਆਪਦਾ ਖਾਈ ਜਾਂਦਾ, ਘਰੋਂ ਵੀ ਸਮਾਨ ਵੇਚ ਦਿੰਦਾ ਜੀ ਸਾਡਾ ਚੱਕ ਕੇ। ਕੀ ਖਾਂਦਾ ਹੈ ਜਾਂ? ਬਸ ਦਾਰੂ ਪੀਂਦਾ ਜੀ, ਦਾਰੂ ਪੀ ਲੈਂਦਾ, ਜਿਹੋ ਜਿਹਾ ਕੋਈ ਨਸ਼ਾ ਮਿਲ ਗਿਆ ਗੋਲੀ ਮਿਲ ਗਈਆਂ ਗੋਲੀਆਂ ਖਾ ਲੈਂਦਾ ਜੀ, ਬਸ ਸਾਰਾ ਦਿਨ ਇਹੋ ਜਿਹਾ ਕੁਛ ਹੀ ਚੱਲੀ ਜਾਂਦਾ। ਕਿੰਨਾ ਪੜ੍ਹਿਆ ਸਰ ਜੀ ਤੂੰ? ਹੈ 10 ਪੜ੍ਹਿਆ ਜੀ। 10 ਪੜ੍ਹਿਆ? ਹਾਂਜੀ 10ਵੀਂ ਤੋਂ ਗਾਂ ਪੜ੍ਹਨਾ ਸੀ, ਘਰੇ ਹੈ ਨਹੀਂ ਸੀ ਕੋਈ ਕਮਾਉਣ ਵਾਲਾ ਕੰਮ ਲੱਗ ਗਿਆ ਕਰਨ, ਬਸ ਪੜ੍ਹਾਈ ਵਿੱਚ ਰਹਿ ਗਈ ਮੁੜ ਕੇ। ਦਿਮਾਗ ਤੇ ਦਲੇਰੀ ਤਾਂ ਵਾਲੀ ਹੈ ਜੀ ਦਿਲ ਚ, ਬਹੁਤ ਨੌਲੇਜ ਹੈ ਤੇ ਦਲੇਰ ਵੀ ਵਾਲਾ ਜੀ, ਦਲੇਰ ਵੀ ਬਚਾਈ ਬੈਠੀ ਹੈ। ਮੈਂ ਤਾਂ ਇਹਨਾਂ ਕੋਲੇ ਬਹੁਤ ਆਉਂਦਾ ਰਹਿੰਦਾ, ਮੈਂ ਮਤਲਬ ਇਸ ਤਰ੍ਹਾਂ ਮੈਂ ਦੇਖਿਆ ਨੀ ਕੋਈ ਬੰਦਾ ਨੀ, ਵੱਡੇ ਵੱਡੇ ਡੋਲ ਜਾਂਦੇ ਨੇ ਕਦੇ ਨੀ। ਸਾਨੂੰ ਹੋ ਗਿਆ ਮਿਲਦੇ ਨੂੰ ਢਿੱਲੀ ਗੱਲ ਨੀ ਕਰੀ, ਨਾ ਨਾ ਮਤਲਬ ਹੁਣ ਵੀ ਆ ਕੇ ਪੁੱਛਿਆ ਸੀ, ਕਹਿੰਦਾ ਕਾਇਮ ਹੈ, ਤੇ ਇਹ ਡਾਊਨ ਹੈ ਅੱਗੇ ਨੂੰ, ਪਰ ਕਹਿੰਦਾ ਕਾਇਮ ਹੈ। ਬਣ ਗਏ ਵਿੱਚ ਦੀ ਹੱਥ ਵੀ ਨੀ ਸੀ ਪੈਂਦਾ ਹੈਗਾ, ਤੇ ਫੇਰ ਇਹਨੇ ਕੇਸ ਜਦੋਂ ਵੀ ਹੁਣ ਭਾਈ ਕਰਾਂਗੇ ਕਿਵੇਂ ਵੀ, ਹਜੇ ਕੀ ਪਤਾ ਨਾਲ ਤੂੰ ਸਿਰ ਤੇ ਹੱਥ ਨੀ ਲਾਉਣਾ ਹੈਗਾ ਤਾਂ ਕਰਕੇ ਫੇਰ ਅਸੀਂ ਕੇਸ ਘਰੇ ਆ ਕੇ ਕਟਾਏ ਨੇ। ਕਟਾਉਂਦਾ ਨੀ ਸੀ, ਕਹਿੰਦਾ ਚਾਹੇ ਕਿਵੇਂ ਮਰਜ਼ੀ ਹੋ ਜਾਵੇ ਮੈਂ ਕੇਸ ਨੀ ਕਟਾਉਂਦਾ ਹੈਗਾ, ਮੈਨੂੰ ਅਸਾ ਕਹਿੰਦਾ ਰੱਬ ਨੇ ਜੂੜਾ ਦਿੱਤਾ ਵਾ, ਫੇਰ ਵੀ ਔਖੇ ਹੋਏ ਨੇ ਕਟਾਇਆ। ਵੀ ਕਿਹੜੇ ਸਾਲ ਚ ਹੋਇਆ ਐਕਸੀਡੈਂਟ? 21 ਜੀ, 2021 ਜੀ, 2021 ਦਸੰਬਰ ਨੂੰ ਹੋਇਆ ਜੀ, 4 ਦਸੰਬਰ ਨੂੰ। 21 ਜੀ, 21 ਜੀ ਹੋਇਆ ਕਿ 22 ਜੀ? 21 ਜੀ, 2021। ਹਾਂ 21 ਜੀ ਹੋਇਆ, 22 ਜੀ ਸਾਲ ਹੋ ਗਿਆ ਹੁਣ, 2 ਸਾਲ ਹੋ ਗਏ। ਹਾਂ 1.5 ਸਾਲ ਪੂਰਾ ਹੋ ਗਿਆ ਜੀ, ਆ ਅੱਜ 1.5 ਸਾਲ ਤੋਂ 4 ਦਿਨ ਉੱਤੇ ਲੰਘ ਗਏ ਜੀ। ਅੱਜ ਤਾਂ ਦਿਨ ਘੰਟੇ ਵੀ ਯਾਦ ਕਰੀ ਬੈਠਾ। ਵੇਖੋ ਜੀ, ਇਨਸਾਨ ਦੁੱਖ ਵੀ ਝੱਲ ਸਕਦਾ, ਤਕਲੀਫ਼ ਵੀ ਝੱਲ ਲੈਂਦਾ ਬੰਦਾ, ਸਾਰੀਆਂ ਚੀਜ਼ਾਂ ਨੂੰ ਇਨਸਾਨ ਆਪਣੇ ਸਰੀਰ ਤੇ ਝੱਲ ਸਕਦਾ, ਪਰ ਜਦੋਂ ਉਹਦੇ ਆਪਣੇ ਵੀ ਉਹਦੇ ਨਾਲ ਨਾ ਹੋਣ, ਜਦੋਂ ਜੰਮਣ ਵਾਲਾ ਬਾਪ ਵੀ ਨਾ ਪੁੱਛੇ, ਤੇ ਜਦੋਂ ਨਾਲ ਦੇ ਜੰਮੇ 3 ਤੁਰ ਜਾਣ, ਕੱਲਾ ਹੀ ਰਹਿ ਗਿਆ, ਤੇ ਐਕਸੀਡੈਂਟ ਹੋ ਗਿਆ, ਕਰੀਬ 1.5 ਸਾਲ 4 ਦਿਨ ਵੀਰ ਕਹਿੰਦਾ ਉੱਪਰ ਹੋ ਗਿਆ ਮੈਨੂੰ ਮੰਜੇ ਤੇ ਪਏ ਨੂੰ, ਬੈਕ ਸਾਈਡ ਤੇ ਏਡੇ ਏਡੇ ਜ਼ਖਮ ਬਣੇ ਹੋਏ ਆ, ਲੱਤਾਂ ਦੇ ਥੱਲਿਓਂ ਗਲੀਆਂ ਪਈਆਂ, ਕਿਉਂਕਿ ਇਹ ਬਿਮਾਰੀ ਜਿਹੜੀ ਵੀਰ ਨੂੰ, ਜਿਵੇਂ ਇਹਨੇ ਦੱਸਿਆ ਵੀ ਵਿਆਹ ਤੇ ਵੇਟਰ ਦਾ ਕੰਮ ਕਰਨ ਚੱਲਿਆ ਸੀ ਵੀਰ, ਟਰੱਕ ਦੇ ਵਿੱਚ ਡੈਕੋਰੇਸ਼ਨ ਵਾਲਾ ਸਮਾਨ, ਫੁੱਲ ਬੂਟੇ ਲੱਦੇ ਹੋਏ ਸੀ, ਵਿਆਹ ਦੀ ਤਿਆਰੀ ਕਰਨੀ ਸੀ, ਰਸਤੇ ਚ ਟਰੱਕ ਦਾ ਐਕਸੀਡੈਂਟ ਹੋ ਜਾਂਦਾ, ਡਰਾਈਵਰ ਦੀ ਮੌਕੇ ਤੇ ਮੌਤ ਹੋ ਜਾਂਦੀ ਆ, 7 ਬੰਦੇ ਜਿਹੜੇ ਨਾਲ ਸੀ ਉਹ ਬਿਲਕੁਲ ਠੀਕ ਆ, ਇਹਦਾ ਇਕੱਲੇ ਦਾ ਧੋਣ ਦਾ ਮਣਕਾ ਜਿਹੜਾ ਕਰੈਕਟ ਹੋ ਜਾਂਦਾ। ਇਹ ਐਕਸੀਡੈਂਟ ਵੀ ਬਹੁਤ ਹੁੰਦੇ ਆ, ਸੱਟਾਂ ਵੀ ਬਹੁਤ ਬੰਦਿਆਂ ਦੇ ਲੱਗਦੀਆਂ, ਪ੍ਰੋਬਲਮ ਇੱਥੇ ਕੀ ਆ, ਇਹਦਾ ਐਕਸੀਡੈਂਟ ਹੋਣਾ ਨਹੀਂ, ਪ੍ਰੋਬਲਮ ਇੱਥੇ ਇਹ ਆ ਵੀ ਇਸ ਘਰ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਬਿਮਾਰੀ ਆ ਉਹ ਗਰੀਬੀ ਆ। ਇਸ ਘਰ ਦੇ ਵਿੱਚ ਜੇ ਸਭ ਤੋਂ ਵੱਡੀ ਕੋਈ ਬਿਮਾਰੀ ਅੱਜ ਵੀ ਇਸ ਘਰ ਨੂੰ ਘੇਰੀ ਖੜੀ ਆ, ਉਹ ਗਰੀਬੀ ਆ। ਗਰੀਬੀ ਦੇ ਕਾਰਨ ਅੱਜ ਸਰਬਜੀਤ ਸਿੰਘ ਇਸ ਹਾਲਾਤ ਦੇ ਵਿੱਚ ਪਿਆ। ਕਹਿੰਦੇ ਜਿਹਦੇ ਘਰੇ ਦਾਣੇ ਉਹਦੇ ਕਮਲੇ ਵੀ ਸਿਆਣੇ ਹੋ ਜਾਂਦੇ ਆ, ਜੇ ਇਸ ਘਰ ਦੇ ਵਿੱਚ 4
ਸਿਆੜ ਹੁੰਦੇ ਚਾਰ ਛਿੱਲੜ ਹੁੰਦੇ ਤਾਂ ਸਰਬਜੀਤ ਸਿੰਘ ਦੇ ਅੱਜ ਆਹ ਹਾਲਾਤ ਨਹੀਂ ਸੀ ਹੋਣੇ। ਇੱਕ ਚੰਗਾ ਕੇਅਰਟੇਕਰ ਰੱਖਿਆ ਹੁੰਦਾ, ਚੰਗੇ ਹੋਸਪਿਟਲ 'ਚ ਟ੍ਰੀਟਮੈਂਟ ਚੱਲਦਾ ਹੁੰਦਾ, ਘਰ ਦੇ ਵਿੱਚ ਏਸੀ ਪੱਖਾ ਲੱਗਿਆ ਹੁੰਦਾ ਜਿੱਥੇ ਇਹਦੇ ਜ਼ਖਮ ਖਰਾਬ ਨਾ ਹੁੰਦੇ। ਘਰ 'ਚ ਤਾਂ ਛੱਤ ਵੀ ਨਹੀਂ ਹੈਗੀ, ਆਲੇ ਦੁਆਲੇ ਦੀਆਂ ਕੰਧਾਂ ਵੀ ਤੁਸੀਂ ਦੇਖੋ ਉਈ ਚਿਣੀਆਂ ਹੋਈਆਂ, ਇੱਟਾਂ ਦੀ ਬਾੜ ਕੀਤੀ ਹੋਈ ਹੈ ਕੱਚੀਆਂ ਦੀ। ਅੱਜ ਦੇ ਸਮੇਂ ਦੇ ਵਿੱਚ ਜੇ ਕੋਈ ਬੰਦਾ ਪਰਿਵਾਰ ਦੇ ਵਿੱਚ ਆਪਣਾ ਵਧੀਆ ਜੀਵਨ ਬਤੀਤ ਕਰ ਰਿਹਾ, ਉਹਦੇ ਘਰ 'ਚ ਕੋਈ ਸਮੱਸਿਆ ਆ ਗਈ ਜਿਹਨੂੰ ਬਿਮਾਰੀ ਕਹਿੰਦੇ ਆ, ਜਾਂ ਕੋਈ ਐਕਸੀਡੈਂਟ ਹੋ ਗਿਆ, ਪੰਜਾਬ ਦੇ ਵਿੱਚ ਜੇ ਇਲਾਜ ਸਭ ਤੋਂ ਮਹਿੰਗਾ ਇਸ ਟਾਈਮ, ਪੰਜਾਬ ਦੇ ਵਿੱਚ ਜੇ ਕੋਈ ਬਿਮਾਰ ਬੰਦਾ ਜਾਂ ਕੋਈ ਐਕਸੀਡੈਂਟ ਕੇਸ 'ਚ ਇਸ ਤਰ੍ਹਾਂ ਦਾ ਪਰਿਵਾਰ ਫਸ ਜਾਂਦਾ, ਆਪਣਾ ਘਰ ਬਾਰ ਵੇਚ ਕੇ ਵੀ ਇਲਾਜ ਨਹੀਂ ਕਰਾ ਪਾਉਂਦਾ। ਅਸੀਂ ਇਹਦੇ ਖੁਦ ਗਵਾਹ ਵਾਂ, ਸਾਡੇ ਨਾਲ ਖੁਦ ਇਹ ਬੀਤੀ ਹੋਈ ਆ। ਫਿਰ ਅਸੀਂ ਅਕਸਰ ਬਹੁਤ ਸਾਰੇ ਲੋਕਾਂ ਨੂੰ ਦੇਖਦੇ ਹਾਂ, ਘਰ ਦੇ ਮੈਂਬਰ ਨੂੰ ਠੀਕ ਕਰਦੇ ਕਰਦੇ ਸਿਰ ਦੀ ਛੱਤ ਵੀ ਗਵਾ ਬਹਿੰਦੇ ਨੇ, ਘਰ ਦੇ ਮੈਂਬਰ ਨੂੰ ਠੀਕ ਕਰਦੇ ਕਰਦੇ ਉਹ ਹਰ ਇੱਕ ਚੀਜ਼ ਘਰ ਦੀ ਖਤਮ ਹੋ ਜਾਂਦੀ ਆ, ਅਖੀਰ ਹੱਥ ਦੇ ਵਿੱਚ ਨਾ ਉਹ ਰਹਿੰਦਾ ਨਾ ਆ ਰਹਿੰਦਾ। ਅੱਜ ਇਸ ਪਰਿਵਾਰ ਦੇ ਨਾਲ ਵੀ ਉਹੀ ਕੁਛ ਹੋ ਰਿਹਾ। ਅੱਜ ਸਰਬਜੀਤ ਜਿਹੜਾ ਖੁਰਦਾਰ ਬੰਦਾ ਸੀ, ਕਿਸੇ ਦੇ ਹੱਥ ਅੱਡਣ ਵਾਲਾ ਨਹੀਂ ਸੀ, ਮੂਹਰੇ ਦਲੇਰ ਸੀ, ਹੌਸਲੇ ਵਾਲਾ ਸੀ, ਅੱਜ ਉਹਨੂੰ ਮਜਬੂਰ ਹੋਣਾ ਪੈ ਗਿਆ। ਅੱਜ ਉਹ ਬੰਦਾ ਆਪਣੀ ਮਾਂ ਦੇ ਨਾਲ ਇਸ ਘਰ ਦੇ ਵਿੱਚ ਪਿਆ, ਸਿਰਫ ਉਹਨਾਂ ਭੈਣ ਭਰਾਵਾਂ ਦੇ ਹੱਥਾਂ ਵੱਲ ਦੇਖਣ ਲਈ ਮਜਬੂਰ ਹੋ ਗਿਆ ਜਿਹੜੇ ਉਹਦੀ ਮਦਦ ਕਰਦੇ ਨੇ। ਕਿੱਥੇ ਇਹ ਨੌਜਵਾਨ 10 ਪੜ੍ਹਿਆ ਹੋਇਆ ਸੀ, ਅੱਗੇ ਵੀ ਪੜ੍ਹਨਾ ਚਾਹੁੰਦਾ ਸੀ, ਆਪਣੀ ਚੰਗੀ ਕੋਈ ਜੌਬ ਕਰ ਸਕਦਾ ਸੀ, ਆਪਣਾ ਕੋਈ ਚੰਗਾ ਕੰਮ ਕਰ ਸਕਦਾ ਸੀ। ਸਾਡੀਆਂ ਸਰਕਾਰਾਂ, ਸਾਡਾ ਸਿਸਟਮ ਜਿਹੜਾ ਚਲਾਉਂਦੇ ਨੇ ਲੋਕ, ਸਮੇਂ ਸਮੇਂ ਤੇ ਬਦਲਦੇ ਰਹਿੰਦੇ ਆ, ਕੁਰਸੀਆਂ ਬਦਲ ਜਾਂਦੀਆਂ, ਬੰਦੇ ਬਦਲ ਜਾਂਦੇ ਆ, ਪਰ ਸਿਸਟਮ ਨਹੀਂ ਬਦਲਦਾ। ਕਿਤੇ ਉਹ ਆ ਜਾਂਦਾ, ਕਿਤੇ ਆ ਜਾਂਦਾ, ਲੁੱਟਣ ਨੂੰ ਹਰ ਇੱਕ ਬੰਦੇ ਦੀ ਤਕਨੀਕ ਬਦਲ ਜਾਂਦੀ ਹੈ, ਪਰ ਲੁੱਟਣ ਦਾ ਤਰੀਕਾ ਜਾਂ ਲੁੱਟਣ ਦੀ ਜਿਹੜੀ ਵਜ੍ਹਾ, ਆਪਣੇ ਘਰ ਭਰਨੇ, ਵੱਡੀਆਂ ਕਾਰਾਂ, ਵੱਡੇ ਕਾਰਖਾਨੇ, ਵੱਡੀਆਂ ਕੋਠੀਆਂ, ਉਹ ਨਹੀਂ, ਤਮਾ ਨਹੀਂ ਉਹਨਾਂ ਦੀ ਖਤਮ ਹੋ ਰਹੀ। ਅੱਜ ਪੰਜਾਬ ਦੇ ਵਿੱਚ ਛੇਵਾਂ ਦਰਿਆ ਨਸ਼ਿਆਂ ਦਾ ਵਗਦਾ ਕਹਿੰਦੇ ਆ, ਪਰ ਉਹਦੇ ਨਾਲੋਂ ਵੱਡਾ ਜੇ ਪੰਜਾਬ 'ਚ ਕੋਈ ਕ੍ਰਾਈਸਿਸ ਆ, ਪੰਜਾਬ ਦੇ ਉੱਤੇ ਕੋਈ ਵੱਡੀ ਸਮੱਸਿਆ ਚੱਲ ਰਹੀ ਆ, ਉਹ ਚਿੱਟੇ ਤੋਂ ਵੀ ਵੱਡੀ ਉਹ ਆ ਵੀ ਸਾਡੇ ਹਸਪਤਾਲਾਂ ਦੇ ਵਿੱਚ ਜਿੱਡਾ ਵੱਡਾ ਭ੍ਰਿਸ਼ਟਾਚਾਰ ਚੱਲਦਾ, ਜਿੱਡਾ ਵੱਡਾ ਲੁੱਟ ਚੱਲਦੀ ਆ, ਉਹ ਚਿੱਟੇ ਵਾਲੇ ਵੀ ਨਹੀਂ ਕਰ ਪਾ ਰਹੇ ਉਨੀ ਜ਼ਿਆਦਾ। ਸਰਕਾਰੀ ਹਸਪਤਾਲਾਂ ਦੇ ਨਾਂ ਦੇ ਉੱਤੇ ਚਿੱਟੇ ਹਾਥੀ, ਉੱਥੇ ਜਿਹੜੇ ਡਾਕਟਰ ਹਸਪਤਾਲਾਂ 'ਚ ਅਪੁਆਇੰਟ ਕੀਤੇ ਆ ਉਹ ਆਪਦਾ ਘਰ ਭਰਨ ਵਾਲੇ, ਉੱਥੇ ਦਵਾਈਆਂ ਦੇ ਜਾਂ ਇਲਾਜ ਦੇ ਨਾਂ 'ਤੇ ਇਹਨਾਂ ਲੋਕਾਂ ਦਾ ਸ਼ੋਸ਼ਣ, ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਹਨਾਂ ਲੋਕਾਂ ਦੇ ਨਾਲ ਉਹ ਲੁੱਟ, 10-8 ਲੱਖ ਰੁਪਈਆ ਲੱਤਾਂ ਵੱਢਣ ਦਾ ਮੰਗਦੇ ਸੀ ਸਰਬਜੀਤ ਤੋਂ। ਸ਼ਰਮ ਨਹੀਂ ਆਈ ਉਸ ਹੋਸਪਿਟਲ ਨੂੰ ਜਾਂ ਉਸ ਡਾਕਟਰ ਨੂੰ ਵੀ ਜਿਹੜਾ ਇਸ ਇੱਕ ਅਬਲਾ ਮਾਂ ਵਿਚਾਰੀ ਜਿਹੜੀ ਇਕੱਲੀ ਆਪਦੇ ਪੁੱਤ ਨੂੰ ਚੱਕੀ ਫਿਰਦੀ ਆ ਹੱਡੀਆਂ ਦੇ ਪਿੰਜਰ ਨੂੰ, ਤੇ ਉਹਦੀਆਂ ਲੱਤਾਂ ਵੱਢਣ ਦਾ ਵੀ 8 ਲੱਖ ਰੁਪਈਆ ਮੰਗ ਰਹੇ ਉਹ ਤੋਂ। ਸ਼ਰਮ ਹੋਣੀ ਚਾਹੀਦੀ ਹੈ ਸਾਡੇ ਲੀਡਰਾਂ ਨੂੰ, ਇੰਨੇ ਸਾਲ, 75 ਸਾਲ ਹੋ ਗਏ ਸਾਨੂੰ ਆਜ਼ਾਦ ਹੋਇਆਂ ਨੂੰ, ਵਾਰੀ ਵਾਰੀ ਵਾਰੀਆਂ ਬਦਲ ਬਦਲ ਸਾਨੂੰ ਲੁੱਟੀ ਜਾਂਦੇ ਆ, ਇੱਕ ਸਿਸਟਮ ਨਹੀਂ ਬਣਾ ਸਕੇ ਅੱਜ ਤੱਕਰ, ਸਾਨੂੰ ਸਿਹਤ ਤੇ ਸਿੱਖਿਆ ਦੋ ਚੀਜ਼ਾਂ ਨਹੀਂ ਦੇ ਸਕੇ। ਦੇਖੋ 75 ਸਾਲਾਂ 'ਚ ਹੋਰ ਕੀ ਦੇਣਗੇ ਸਾਨੂੰ, ਸਾਡੇ 'ਚ ਵੰਡੀਆਂ ਪਾਉਣੀਆਂ, ਸਾਡੇ ਵਿੱਚ ਧਰਮ ਦੇ ਨਾਂ 'ਤੇ, ਜਾਤ ਦੇ ਨਾਂ 'ਤੇ, ਪਾਰਟੀਬਾਜ਼ੀ ਦੇ ਨਾਂ 'ਤੇ, ਹਰ ਤਰੀਕੇ ਨਾਲ ਸਾਨੂੰ ਵੰਡਣ ਲਈ ਅਲੱਗ ਅਲੱਗ ਤਰ੍ਹਾਂ ਦੇ ਤਰੀਕੇ ਵਰਤਦੇ ਨੇ ਉਹ, ਸਾਨੂੰ ਸਹੀ ਪਾਸੇ ਨੂੰ ਸੋਚਣ ਦੀ ਦਾ ਮੌਕਾ ਹੀ ਨਹੀਂ ਦਿੰਦੇ, ਸਾਡੀ ਬੁੱਧੀ ਨੂੰ ਇਸ ਤਰੀਕੇ ਨਾਲ ਘੁਮਾ ਕੇ ਰੱਖਦੇ ਆ ਵੀ ਅਸੀਂ ਸੋਚ ਹੀ ਨਾ ਸਕੀਏ ਵੀ ਸਾਡੀਆਂ ਜ਼ਰੂਰਤਾਂ ਕੀ ਆ। ਅੱਜ ਸਾਨੂੰ ਭਿਖਾਰੀਆਂ ਵਾਂਗ ਟ੍ਰੀਟ ਕੀਤਾ ਜਾਂਦਾ, ਆਟਾ ਦੇ ਦਿਓ ਜਿਹਨਾਂ ਨੂੰ, ਦਾਲ ਦੇ ਦਿਓ, ਬਿਜਲੀ ਮੁਫ਼ਤ ਦੇ ਦਿਓ, ਅਸੀਂ ਮੁਫ਼ਤ ਕਿਉਂ ਲਈਏ? ਸਾਨੂੰ ਜਾਂ ਤੁਸੀਂ ਚੰਗਾ ਇਲਾਜ ਹੀ ਦੇ ਦਿਓ, ਚੰਗੀ ਐਜੂਕੇਸ਼ਨ ਹੀ ਦੇ ਦਿਓ। ਅੱਜ ਜੇ ਡਾਕਟਰ ਬਣਨਾ MBBS 1-2 ਕਰੋੜ ਰੁਪਇਆ ਖਰਚਾ ਆਉਂਦਾ, ਅੱਜ ਜੇ ਕੋਈ ਚੰਗਾ ਅਫਸਰ ਬਣਨਾ ਚਾਹੁੰਦਾ 1 ਕਰੋੜ ਰੁਪਇਆ ਖਰਚ ਆਉਂਦਾ, ਤਾਂ ਫਿਰ ਇਲਾਜ ਸਾਨੂੰ ਕਿੱਥੋਂ ਮਿਲਣਾ? ਸਰਬਜੀਤ ਵਰਗੇ ਨੌਜਵਾਨ ਫਿਰ ਇੱਦਾਂ ਘਰ ਦੇ ਵਿੱਚ ਪਏ ਮੌਤ ਦਾ ਇੰਤਜ਼ਾਰ ਕਰ ਰਹੇ ਨੇ। ਤੇ ਕੁਛ ਚੰਗੇ ਲੋਕ ਜਿਵੇਂ ਵੀਰ ਹੋਣੀ ਸਾਡੇ ਦੱਸਦੇ ਨੇ, ਵੀਰੇ ਹੋਣੀ ਵੀ ਹਰ ਮਹੀਨੇ 10,000 ਰੁਪਇਆ ਦੇ ਕੇ ਜਾਂਦੇ ਨੇ ਇਸ ਪਰਿਵਾਰ ਨੂੰ। ਅੱਗੋਂ ਇਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਬਾਹਰ ਨੇ ਵਿਦੇਸ਼ 'ਚ, ਉਹ ਕੋਈ ਆਪਣੇ ਵੱਲੋਂ 10,000 ਦੀ ਇਹਨਾਂ ਨੂੰ ਮਦਦ ਭੇਜਦੇ, ਅੱਗੇ ਇਹਨਾਂ ਨੂੰ ਦੇ ਕੇ ਜਾਂਦੇ ਨੇ। ਅਸੀਂ ਹਮੇਸ਼ਾ ਬੇਨਤੀਆਂ ਕਰਦੇ ਹਾਂ ਜੇ ਪੰਜਾਬ ਸਰਕਾਰ ਜਾਂ ਇੰਡੀਆ
ਦੀ ਗਵਰਨਮੈਂਟ ਨਹੀਂ ਕੁਛ ਕਰ ਪਾ ਰਹੀ ਤਾਂ ਇਹ ਜ਼ਿੰਮਾ ਸਾਨੂੰ ਖੁਦ ਨੂੰ ਚੱਕਣਾ ਪੈਣਾ। ਅਸੀਂ NRI ਭੈਣ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਹਮੇਸ਼ਾ ਹੀ, ਆਹ ਸੰਸਥਾਵਾਂ ਜਿਹੜੀਆਂ ਸਾਡੇ ਵਰਗੇ ਖੋਲੀ ਫਿਰਦੇ ਆ, ਖੁੱਲਣ ਦੀ ਲੋੜ ਹੀ ਨਹੀਂ ਪੰਜਾਬ 'ਚ, ਇਹ ਬੰਦ ਹੋ ਜਾਣੀਆਂ ਚਾਹੀਦੀਆਂ ਜੇ ਤੁਸੀਂ ਆਪਣੀ ਜ਼ਿੰਮੇਵਾਰੀ ਨੂੰ ਸਮਝੋ। ਹੁਣ ਤਾਜੋ ਕਿ ਨਗਰ ਆਲੇ ਦੁਆਲੇ ਹੋਰ ਵੀ ਨਗਰ ਵੱਸਦੇ ਆ, ਇਸ ਨਗਰ ਦੇ ਵੀ ਬੜੇ ਭੈਣ ਭਰਾ ਹੋਣਗੇ ਜਿਹੜੇ ਕੈਨੇਡਾ ਅਮਰੀਕਾ ਬਾਹਰਲੇ ਦੇਸ਼ਾਂ 'ਚ ਬੈਠੇ ਆ। ਜੇ ਉਹ ਆਪਣੇ ਪਿੰਡ ਦੇ ਹੀ ਇੱਕ ਪੁੱਤ ਦੀ ਜ਼ਿੰਮੇਵਾਰੀ ਚੱਕ ਲੈਣ ਤਾਂ ਅੱਜ ਸਾਨੂੰ ਇੱਥੇ ਆ ਕੇ ਆਹ ਬਕਵਾਸ ਨਾ ਕਰਨੀ ਪੈਂਦੀ, ਜੇ ਤੁਹਾਨੂੰ ਸ਼ਾਇਦ ਲੱਗਦਾ ਹੋਵੇ ਅਸੀਂ ਬਕਵਾਸ ਹੀ ਮਾਰ ਰਹੇ। ਜੇ ਤੁਸੀਂ ਆਪਣੀ ਜ਼ਿੰਮੇਵਾਰੀ ਨੂੰ ਨਿਭਾਓ, ਆਪੋ ਆਪਣੇ ਪਿੰਡਾਂ ਦੇ ਵਿੱਚ ਲੋਕਾਂ ਦੀ ਮਦਦ ਕਰੋ। ਪੰਜਾਬ ਅੱਜ ਤੋਂ 20 ਸਾਲ ਪਹਿਲਾਂ ਸੰਸਥਾਵਾਂ ਨਾਲ ਨਹੀਂ ਸੀ ਘਿਰਿਆ ਹੋਇਆ, ਪੰਜਾਬ 'ਚ ਲਵਾਰਸ ਨਹੀਂ ਸੀ ਲੋਕ, ਪੰਜਾਬ 'ਚ ਸਰਬਜੀਤ ਵਾਂਗ ਏਦਾਂ ਕੋਈ ਇਲਾਜ ਤੋਂ ਬਿਨਾਂ ਨਹੀਂ ਸੀ ਤੜਫਦੇ ਲੋਕ। ਉਦੋਂ ਡਾਕਟਰ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਸੀ, ਅੱਜ ਡਾਕਟਰ ਰੱਬ ਨਹੀਂ ਹੈਗਾ। ਅੱਜ ਜੇ ਸਰਕਾਰਾਂ ਫੇਲ ਹੋ ਰਹੀਆਂ, ਗਲਤੀਆਂ ਸਾਡੀਆਂ ਵੀ ਆ, ਕਮੀਆਂ ਸਾਡੀਆਂ ਵੀ ਆ। ਅਸੀਂ ਸ਼ੋਹਰਤ ਦੇ ਕੰਮ ਵਾਸਤੇ, ਚੜ੍ਹਾਈ ਵਾਲੇ ਕਿਸੇ ਕੰਮ ਵਾਸਤੇ ਤਾਂ ਅਸੀਂ ਲੱਖਾਂ ਰੁਪਈਆ ਦੇ ਦਿੰਦੇ ਸਾਡਾ ਨਾਮ ਬੋਲਿਆ ਜਾਵੇ ਵਾਰ ਵਾਰ, ਤੇ ਜਿੱਥੇ ਗਰੀਬ ਦਾ ਪੁੱਤ ਪਿਆ ਮੰਜੇ ਤੇ ਮਰ ਰਿਹਾ ਉੱਥੇ ਅਸੀਂ ਵੀ ਨਹੀਂ ਉੱਧਰ ਨੂੰ ਮੂੰਹ ਕਰਦੇ। ਹੁਣ ਅਸੀਂ ਵੀਰ ਦੇ ਘਰ ਪਹੁੰਚੇ ਹਾਂ, ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਜਾਣੀ ਆ, ਅਸੀਂ ਵੀਰ ਨੂੰ ਆਪਣੇ ਨਾਲ ਲੈ ਜਾਣਾ। ਸਾਨੂੰ 50 ਫੋਨ ਆ ਜਾਣੇ ਪਿੰਡ ਤੋਂ ਹੀ, ਵੀਰੇ ਸਾਨੂੰ ਤਾਂ ਪਤਾ ਹੀ ਨਹੀਂ ਸੀ, ਦੱਸੋ ਕਿੰਨਾ ਖਰਚਾ। ਗੱਲ ਤਾਂ ਭੈਣ ਮੇਰੀ ਉਹ ਵੀਰੋ ਮੇਰੇ ਉਹ ਖਰਚੇ ਦੀ ਨਹੀਂ, ਗੱਲ ਤਾਂ ਇਹਦੀ ਇੱਜ਼ਤ ਦੀ, ਇਹਦੀ ਡਿਗਨਿਟੀ ਦੀ ਆ। ਜੇ ਇਹੀ ਆਪਦੇ ਘਰ 'ਚ ਪੈ ਕੇ ਇਹਨੂੰ ਪਿੰਡ ਦੇ ਲੋਕ, ਇਹਦੇ ਬਾਹਰ ਜਿਹੜੇ ਭੈਣ ਭਰਾ ਬੈਠੇ ਨੇ ਜਾਂ ਪਿੰਡ ਦੇ ਲੋਕ ਜਿਹੜੇ ਇੰਨੇ ਯੋਗ ਨੇ, ਇਹਦੀ ਮਦਦ ਕਰ ਸਕਦੇ ਸੀ, ਜੇ ਉਹ ਬਾਂਹ ਫੜ ਲੈਂਦੇ, ਇਹਦੀ ਵੀ ਇੱਜ਼ਤ ਬਰਕਰਾਰ ਰਹਿਣੀ ਸੀ, ਇਸ ਘਰ ਦੀ ਵੀ ਇੱਜ਼ਤ ਬਰਕਰਾਰ ਰਹਿਣੀ ਸੀ। ਜੇ ਤੁਸੀਂ ਅੱਜ ਕੱਲੀ ਸਰਬਜੀਤ ਦੀ ਗੱਲ ਨਹੀਂ, ਸਰਬਜੀਤ ਵਰਗੇ ਬਹੁਤ ਨੇ ਵਿਚਾਰੇ। ਜਿਹੜਾ ਬੰਦਾ ਅੱਜ ਕਿਸੇ ਵੀ ਵਜ੍ਹਾ ਕਰਕੇ, ਚਾਹੇ ਕਿਸੇ ਵੱਡੀ ਬਿਮਾਰੀ ਕਰਕੇ, ਚਾਹੇ ਕਿਸੇ ਐਕਸੀਡੈਂਟ ਕਰਕੇ ਇੱਦਾਂ ਦੇ ਹਾਲਾਤਾਂ ਦੇ ਵਿੱਚ ਪਿਆ ਵਾ, ਉਹਦੀ ਮਦਦ ਕਰੋ ਯਾਰ ਬਾਈ, ਉਹਨੂੰ ਪਿੰਡ ਲੈਵਲ 'ਤੇ ਸਾਂਭੋ ਯਾਰ। ਪਤਾ ਕੀ, ਸਾਨੂੰ ਪਾਰਟੀਆਂ 'ਚ ਵੰਡਤਾ, ਮੈਂ ਇਹ ਫਲਾਨੀ ਪਾਰਟੀ ਦਾ ਜੀ, ਇਹ ਧਮਕੀ ਪਾਰਟੀ ਦਾ, ਪਹਿਲਾਂ 2 ਸੀ ਹੁਣ 3 ਹੋ ਗਏ ਗਾ ਹਿੱਸੇ ਉਹਦੇ, ਪਿੰਡ ਨੂੰ 3 ਹਿੱਸਿਆਂ 'ਚ ਵੰਡ ਲਿਆ, ਫਿਰ ਕੁਛ ਜਾਤਾਂ ਨੇ ਵੰਡ ਲਿਆ, ਕੁਛ ਧਰਮਾਂ ਨੇ ਵੰਡ ਲਿਆ। ਹੁਣ ਅੱਜ ਅਸੀਂ ਇੱਕ ਬਾਪੂ ਜੀ ਨੂੰ ਲੈ ਕੇ ਆਏ ਹਾਂ, ਬਾਪੂ ਗੱਡੀ ਦੇ ਵਿੱਚ ਪਿਆ, ਬਾਪੂ ਜੀ ਦਾ ਪਿੰਡ ਉੱਥੇ ਜੰਡ ਵਾਲਾ ਪਿੰਡ ਆ, ਚਰਤ ਸਿੰਘ ਵਾਲਾ, ਮਲੋਟ ਦੇ ਬਿਲਕੁਲ ਨਾਲ। ਬਾਪੂ ਦੇ 4-5 ਭਰਾ ਵਾ, ਤੇ ਬਾਪੂ ਨੇ ਸ਼ੁਰੂ ਤੋਂ ਹੀ ਨਿੰਗਾ ਸਿੰਘਾਂ ਵਾਲਾ ਬਾਣਾ ਪਾਇਆ, ਗੁਰੂ ਦਾ ਸਿੱਖ ਅੰਮ੍ਰਿਤਧਾਰੀ ਸਿੰਘ ਆ, ਉਹਦਾ ਪੂਰਾ ਪਰਿਵਾਰ ਪ੍ਰੇਮੀ ਬਣ ਗਿਆ, ਉਹਨਾਂ ਨੇ ਸਰਸੇ ਵਾਲੇ ਬਾਬੇ ਦਾ ਨਾਮ ਲੈ ਲਿਆ। ਹੁਣ ਉਹ ਬਾਪੂ ਬਜ਼ੁਰਗ ਹੋ ਗਿਆ, ਉਹਨੇ ਵਿਆਹ ਨਹੀਂ ਕਰਾਇਆ, ਉਹਦਾ ਬੱਚਾ ਨਹੀਂ ਕੋਈ, 2.5 ਕਿੱਲੇ ਜ਼ਮੀਨ ਬਾਪੂ ਕੋਲੇ, ਤੇ ਉਹ ਬਾਪੂ ਨੂੰ ਕਹਿੰਦੇ ਜਾਂ ਤਾਂ ਤੂੰ ਬਾਣਾ ਲਾ ਦੇ, ਪ੍ਰੇਮੀ ਬਣ ਜਾ, ਤਾਂ ਤਾਂ ਤੈਨੂੰ ਸਾਂਭਣਾਗੇ, ਨਹੀਂ ਸਾਂਭਣਾ ਨਹੀਂ ਤੈਨੂੰ। ਤੇ ਬਾਪੂ ਕਹਿੰਦਾ ਮੈਂ ਬਣਨਾ ਨਹੀਂ, ਮੈਂ ਗੁਰੂ ਦਾ ਪੁੱਤ ਆ, ਮੈਂ ਕਿ ਪ੍ਰੇਮੀ ਬਣਾ, ਮੈਂ ਗੁਰੂ ਦਾ ਸਿੱਖ ਹੀ ਰਹਿਣਾ। ਬਾਪੂ ਨੇ 2.5 ਕਿੱਲੇ ਜ਼ਮੀਨ ਗੁਰਦੁਆਰੇ ਨੂੰ ਦਾਨ ਕਰਤੇ, ਘਰ ਵੀ ਆਪਣਾ ਗੁਰੂ ਘਰ ਨੂੰ ਦਾਨ ਕਰਤਾ। ਹੁਣ ਬਾਪੂ ਬਿਮਾਰ ਆ, ਪਿਛਲੇ 1 ਸਾਲ ਤੋਂ ਮਲੋਟ ਅੱਡੇ ਦੇ ਵਿੱਚ ਫੱਟੇ ਤੇ ਪਿਆ, ਥੱਲੇ ਹੀ ਲੈਟਰਿਨ ਪਈ ਆ ਬਾਪੂ ਦੀ, ਉੱਥੇ ਹੀ ਵਾਸ਼ਰੂਮ ਕਰ ਰਿਹਾ, ਚੋਲਾ ਪਾਇਆ, ਸ਼੍ਰੀ ਸਾਹਿਬ ਪਾਇਆ, ਵਿੱਚ ਹੀ ਬਾਥਰੂਮ ਹੋ ਰਿਹਾ, ਤੇ ਲੋਕ ਉੱਥੋਂ ਨਹੀਂ ਨਿੰਘ ਰਹੇ, ਕੋਈ ਕੇਲਾ ਦੇ ਜਾਂਦਾ, ਕੋਈ ਬ੍ਰੈਡ ਦੇ ਜਾਂਦਾ, ਕੋਈ 10 ਰੁਪਈਏ ਦੇ ਜਾਂਦਾ। ਆਹ ਤਾਂ ਸ਼ਰਮ ਲਾਈ ਹੋਈ ਸਾਡੀ। ਹੁਣ ਉਹ ਜੰਡ ਵਾਲਾ ਪਿੰਡ ਆ, ਜੰਡ ਵਾਲਾ ਪਿੰਡ, ਚੜ੍ਹਤ ਸਿੰਘ ਵਾਲਾ ਕਿੱਡਾ ਮਸ਼ਹੂਰ ਪਿੰਡ, ਉਸ ਪਿੰਡ ਦਾ ਬਜ਼ੁਰਗ ਹੋਵੇ ਤੇ ਉਹ ਗੁਰਸਿੱਖੀ ਦੇ ਲਈ ਲੜ ਰਿਹਾ ਹੋਵੇ, ਤੇ ਉਹਨੇ ਆਪਦੀ ਜ਼ਿੰਦਗੀ ਤੇ ਦਾਅ ਤੇ ਲਾ ਲਈ ਸਿਰਫ ਇਸ ਕਰਕੇ, ਨਹੀਂ ਤਾਂ ਆਪਦੇ ਭਰਾਵਾਂ ਵਾਂਗੂ ਉਹ ਵੀ ਮੰਨ ਲੈਂਦਾ ਵੀ ਠੀਕ ਆ ਸਰ, ਜੇ ਤੁਸੀਂ ਕਹਿੰਦੇ ਹੋ, ਜੇ ਤੁਸੀਂ ਪਿਓ ਬਦਲ ਲਿਆ ਮੈਂ ਵੀ ਬਦਲ ਲੈਂਦਾ। ਗੱਲ ਤਾਂ ਇੱਥੇ ਖੜੀ ਆ ਵੀ ਅਸੀਂ ਕੀ ਕਰਦੇ ਹਾਂ, ਕਿਸੇ ਨੇ ਤਾਂ ਉਹਦੀ ਬਾਂਹ ਫੜੀ ਹੁੰਦੀ ਨਾ, ਅੱਜ ਸਰਬਜੀਤ ਦੀ ਕਿਸੇ ਨੇ ਤਾਂ ਬਾਂਹ ਫੜੀ ਹੁੰਦੀ ਇੱਥੇ ਆ ਕੇ। ਜੇ ਵੀਰ ਹੁਣੀ 10,000 ਰੁਪਇਆ ਦੇ ਸਕਦੇ ਆ ਮੰਥਲੀ 1 ਸਾਲ ਤੋਂ, ਤੇ ਜੇ ਪਿੰਡ ਦੇ ਵਿੱਚ 20 ਘਰ ਇਕੱਠੇ ਹੋ ਜਾਂਦੇ, ਤੇ ਬਾਈ ਜੀ ਕੀ ਇਹਦਾ ਇਲਾਜ ਨਾ ਹੁੰਦਾ? ਕਿਸੇ ਦੇ ਕੋਲੇ ਨੌਲੇਜ ਹੀ ਹੁੰਦੀ ਆ, ਕਿਸੇ ਕੋਲੇ ਪੈਸੇ ਨਹੀਂ ਹੈਗੇ, ਕੋਈ ਭੈਣ ਇੱਥੇ ਪਿੰਡ ਦੇ ਵਿੱਚ ਕੋਈ ਡਾਕਟਰੀ ਦਾ ਕੋਰਸ ਕੀਤਾ, ਕਿਸੇ ਨੇ ਨਰਸਿੰਗ ਦਾ ਕੀਤਾ, ਕਿਸੇ ਦਾ ਹੋਸਪਿਟਲ ਦੇ ਕਿਸੇ ਡਾਕਟਰ ਨਾਲ ਰਿਸ਼ਤੇਦਾਰੀ ਹੁੰਦੀ ਆ, ਬੰਦੇ ਇਕੱਠੇ ਹੋ ਕੇ ਬਹੁਤ ਕੁਛ ਕਰ ਸਕਦੇ ਆ, ਪਰ ਆਪੋ ਆਪਣੇ ਪਿੰਡਾਂ ਨੂੰ ਸਾਂਭੋ ਬਾਈ। ਸਾਡੇ ਵੱਡ ਵਡੇਰੇ ਕੀ ਕਰਦੇ ਸੀ, ਸਾਡੇ ਦਾਦੇ ਪੜਦਾਦੇ ਕੀ ਕਰਦੇ ਸੀ, ਅਸੀਂ ਉਹਨਾਂ ਦੀ ਰੀਸ ਹੀ ਕਰ ਲਈਏ। ਉਹ ਗਰੀਬ ਤੇ ਗਊ ਦੀ ਰੱਖਿਆ ਲਈ ਜਾਨਾਂ ਦੇ ਦਿੰਦੇ ਸੀ, ਲੈ ਵੀ ਲੈਂਦੇ ਸੀ, ਤੇ ਅਸੀਂ ਉਹਨਾਂ ਦੇ ਵੀ ਪੈਰਾਂ ਦੇ ਮਗਰ ਚੱਲਣਾ ਬੰਦ ਕਰਤਾ।
ਭਾਈ ਕਨਈਆ ਜੀ ਨੇ ਦੁਸ਼ਮਣਾਂ ਦੇ ਵੀ ਮੱਲਮ ਪੱਟੀਆਂ ਕਰਨ ਦਾ ਹੁਕਮ ਗੁਰੂ ਸਾਹਿਬ ਨੇ ਦਿੱਤਾ। ਇਹ ਤਾਂ ਸਾਡੇ ਆਪਣੇ ਆ। ਭਗਤ ਪੂਰਨ ਸਿੰਘ ਜੀ ਨੇ ਸੜਕਾਂ ਤੋਂ ਕੋੜੀਆਂ ਨੂੰ ਪਿੰਗਲਿਆਂ ਨੂੰ ਚੱਕ ਚੱਕ ਕੇ ਐਡਾ ਵੱਡਾ ਪਿੰਗਲਵਾੜਾ ਸਾਹਿਬ ਖੜਾ ਕਰਤਾ। ਅੱਜ ਕਿੰਨੀਆਂ ਬ੍ਰਾਂਚਾਂ, ਕਿੰਨੇ ਲੋਕਾਂ ਨੂੰ ਉੱਥੇ ਛੱਤ ਮਿਲ ਰਹੀ ਆ। ਇੱਕ ਬੰਦੇ ਨੇ, ਇਕੱਲੇ ਨੇ, ਤੇ ਅਸੀਂ ਤਾਂ ਪਿੰਡ ਵੱਸਦਾ ਪੂਰਾ। ਕਿੰਨੇ ਰਿਸ਼ਤੇਦਾਰ ਹੋਣਗੇ ਵੀਰ ਦੇ, ਮਾਸੀਆਂ, ਭੂਆ, ਫੁੱਫੜ, ਚਾਚੇ, ਤਾਏ, ਅੱਜ ਕਿੱਡਾ ਹਰ ਇੱਕ ਬੰਦੇ ਦਾ ਇੱਕ ਨਵਾ, ਹਰ ਇੱਕ ਬੰਦੇ ਦਾ ਕਿੱਡਾ ਇੱਕ ਪਰਿਵਾਰ ਹੁੰਦਾ ਬਈ। ਕੋਈ ਵੀ ਨੀ, ਕੋਈ ਦਸ ਬੰਦੇ ਵੀ ਨੀ ਖੜ ਸਕਦੇ, 15 ਬੰਦੇ ਵੀ ਨੀ ਖੜ ਸਕਦੇ, ਤਾਂ ਫਿਰ ਆਪਾਂ ਕਿੱਥੇ ਜਾਵਾਂਗੇ ਬਾਈ? ਫਿਰ ਸਰਬਜੀਤ ਨਾਲ ਆਹੀ ਹੋਣਾ ਚਾਹੀਦਾ, ਫਿਰ ਇਹ ਸਹੀ ਹੋਈ ਆ ਵਿਚਾਰਾ। ਇਹਦੇ ਨਾਲ ਵਾਕਈ ਆਈ ਹੋਣਾ ਚਾਹੀਦਾ ਸਰਬਜੀਤ ਵਰਗੇ। ਅੱਜ ਕਿਸੇ ਬੰਦੇ ਨੂੰ ਜਾਨਵਰਾਂ ਵਾਲੀ ਪ੍ਰਵਿਰਤੀ ਚ ਆ ਗਏ ਸੀ। ਆਪਾਂ ਡਿਸਕਵਰੀ ਚੈਨਲਾਂ ਤੇ ਦੇਖਦੇ ਹਾਂ ਜਾਨਵਰਾਂ ਦਾ ਝੁੰਡ ਜਾਂਦਾ, ਮੰਨ ਲਓ 10,000 20,000 ਇਕੱਠਾ ਤੁਰਿਆ ਜਾਂਦਾ ਝੁੰਡ ਗਾਵਾਂ ਦਾ, ਮੱਝਾਂ ਦਾ। ਜਿਹੜਾ ਪਿੱਛੇ ਰਹਿ ਗਿਆ ਰਹਿ ਗਿਆ, ਜਿਹੜਾ ਡਿੱਗ ਪਿਆ ਉਹਦੇ ਉੱਤੋਂ ਦੀ ਨਿੰਘੀ ਜਾਂਦੇ, ਉਹ ਲਤੜ ਲਤੜ ਕੇ ਨਿੰਘੀ ਜਾਂਦੇ। ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਯਾਰ ਫਲਾਨਾ ਪਿੱਛੇ ਰਹਿ ਗਿਆ। ਅਸੀਂ ਵੀ ਉਹੀ ਹੋ ਗਏ ਅੱਜ। ਪਰ ਅੱਜ ਹਜੇ ਜਾਨਵਰਾਂ ਦੇ ਵਿੱਚ ਵੀ ਕਈ ਚੀਜ਼ਾਂ ਦੇਖਣ ਨੂੰ ਮਿਲਦੀਆਂ। ਸ਼ੇਰ ਨਾਲ ਲੜ ਪੈਂਦੇ ਆ ਉਹ ਆਪਦੇ ਕੁਨਵੇ ਦੇ ਬੰਦੇ ਨੂੰ ਬਚਾਉਣ ਲਈ, ਆਪਦੀ ਕੁੱਲ ਦੇ ਬੰਦੇ ਨੂੰ ਬਚਾਉਣ ਲਈ। ਤੇ ਅਸੀਂ ਤਾਂ ਸਮੇਂ ਨਾਲ ਵੀ ਨਹੀਂ ਲੜ ਪਾਉਂਦੇ, ਅਸੀਂ ਤਾਂ ਸਮਾਜ ਨਾਲ ਵੀ ਨਹੀਂ ਲੜ ਪਾਉਂਦੇ, ਅਸੀਂ ਤਾਂ ਦੁੱਖ 'ਚ ਵੀ ਨਹੀਂ ਖੜ ਪਾਉਂਦੇ ਇੱਕ ਦੂਜੇ ਦੇ ਨਾਲ। ਕਿੰਨੇ ਸੈਲਫਿਸ਼ ਹੋ ਗਏ ਹਾਂ, ਕਿੰਨੇ ਅਸੀਂ ਮਤਲਬ ਖੋਰ ਹੋ ਗਏ ਹਾਂ। ਸਾਡਾ ਇੱਥੇ ਆਉਣਾ, ਸਰਬਜੀਤ ਵੀਰ ਜੀ ਨੂੰ ਲੈ ਕੇ ਜਾਣਾ, ਇਹਦਾ ਇਲਾਜ ਕਰਾਉਣਾ ਮੰਤਵ ਨਹੀਂ। ਮੰਤਵ ਸਾਡਾ ਇਹ ਆ ਵੀ ਤੁਹਾਡੀਆਂ ਜ਼ਮੀਰਾਂ ਨੂੰ ਹਲੂਣਾ ਦੇਣਾ, ਅਵੇਅਰਨੈਸ ਕਰਨੀ, ਜਾਗਰੂਕ ਹੋਣਾ ਬਹੁਤ ਜ਼ਰੂਰੀ ਆ। ਨਹੀਂ ਤਾਂ ਜਿਹੜੇ ਹਾਲਾਤ ਅੱਜ ਬਣੇ ਆ, ਐਵੇਂ ਗੱਲਾਂ ਡਿਬੇਟਾਂ ਕਰਨ ਦੀ ਬਜਾਏ, ਇੱਕ ਦੂਜੇ ਨੂੰ ਮਾੜਾ ਚੰਗਾ ਕਹਿਣ ਦੀ ਬਜਾਏ, ਪਹਿਲਾਂ ਆਪਣੇ ਵੱਲ ਨੂੰ ਝਾਤ ਮਾਰੀਏ ਯਾਰ ਬਾਈ। ਆਪਾਂ ਪੋਲੀਟੀਕਲ ਲੋਕ ਸਾਡਾ ਫਾਇਦਾ ਹੀ ਤਾਂ ਚੱਕਦੇ ਆ ਕਿਉਂਕਿ ਅਸੀਂ ਉਸ ਪੱਧਰ ਤੱਕ ਸੋਚ ਹੀ ਨਹੀਂ ਪਾ ਰਹੇ। ਸਾਡੀ ਬੌਧਿਕਤਾ ਹੀ ਉਹਨਾਂ ਨੇ ਇਸ ਤਰੀਕੇ ਨਾਲ ਖਤਮ ਕਰਤੀ ਆ, ਸਾਨੂੰ ਉਸ ਪਾਸੇ ਨੂੰ ਸੋਚਣ ਦਾ ਮੌਕਾ ਹੀ ਨਹੀਂ। ਹੋਰ ਹੀ ਪਾਸੇ ਲਿਜਾਈ ਫਿਰਦੇ ਸਨ। ਸਾਡੀ ਤਾਂ ਇਹ ਹੱਥ ਬੰਨ ਕੇ ਬੇਨਤੀ ਆ ਵੀ ਆਪੋ ਆਪਣੇ ਆਸ ਪਾਸ ਲੋਕਾਂ ਦਾ ਖਿਆਲ ਕਰੋ। ਸਾਨੂੰ ਹੁਣ ਇੱਥੇ ਵੀਰੇ ਦੇ ਇਲਾਜ ਵਾਸਤੇ ਅਸੀਂ ਕੋਈ ਮਦਦ ਮੰਗਣ ਵਾਸਤੇ ਵੀਡੀਓ ਨਹੀਂ ਪਾਈ। ਸਾਡਾ ਮਕਸਦ ਸਿਰਫ ਇੰਨਾ ਵੀ ਇੱਦਾਂ ਦੇ ਹੋਰ ਬਹੁਤ ਨੇ ਭਰਾਵੋ, ਉਹਨਾਂ ਦਾ ਖਿਆਲ ਕਰੋ। ਇਹਦੀ ਤਾਂ ਵਾਹਿਗੁਰੂ ਨੇ ਆਪੇ ਸੱਚੇ ਪਾਤਸ਼ਾਹ ਨੇ ਕਰਾ ਲੈਣੀ ਹੈ। ਜੇ ਅੱਜ ਸਾਨੂੰ ਇੱਥੇ ਭੇਜਿਆ, ਅਸੀਂ ਕੌਣ ਆ ਕਿਸੇ, ਸਾਡੀ ਕੀ ਔਕਾਤ ਆ ਅਸੀਂ ਕਿਸੇ ਦੇ ਇਲਾਜ ਕਰਾ ਲਈਏ? ਅਸੀਂ ਤਾਂ ਆਪਦਾ ਇਲਾਜ ਕਰਾਉਣ ਦੇ ਵੀ ਯੋਗ ਨਹੀਂ। ਉਹਦਾ ਇੰਤਜ਼ਾਮ ਤਾਂ ਗੁਰੂ ਸਾਹਿਬ ਨੇ ਕੀਤਾ ਹੀ ਹੋਊਗਾ, ਸੱਚੇ ਪਾਤਸ਼ਾਹ ਨੇ ਕਿਰਪਾ ਕਰ ਹੀ ਦੇਣੀ ਆ। ਪਰ ਤੁਹਾਡੇ ਤੇ ਕਿਰਪਾ ਕਦੋਂ ਹੋਣੀ ਆ? ਤੁਸੀਂ ਕਦੋਂ ਇਹ ਚੀਜ਼ਾਂ ਨੂੰ ਦੇਖਣ ਲੱਗਣਾ? ਤੁਹਾਨੂੰ ਕਦੋਂ ਕੁੰਭ ਕਰਨ ਵਾਲੀ ਨੀਂਦ ਚੋਂ ਉੱਠਣ ਲਈ ਸਮਾਂ ਮਿਲਣਾ? ਇਹ ਤੁਸੀਂ ਸੋਚਣਾ। ਤੁਹਾਡੀ ਰਿਸ਼ਤੇਦਾਰੀ 'ਚ ਹੀ ਹੁੰਦੇ ਨੇ ਇੱਦਾਂ ਦੇ ਲੋਕ, ਤੁਹਾਡੇ ਪਿੰਡ 'ਚ ਹੀ ਹੁੰਦੇ ਨੇ, ਤੁਹਾਡੇ ਗਲੀ ਮੁਹੱਲੇ 'ਚ ਹੀ ਹੁੰਦੇ, ਜਿੱਥੇ ਤੁਸੀਂ ਨਿੱਕੇ ਨਿੱਕੇ ਖੇਡ ਕੇ ਜਵਾ ਬਚਪਨ ਦਾ ਟਾਈਮ ਬਤੀਤ ਕੀਤਾ। ਅੱਜ ਤੁਸੀਂ ਵੱਡੀਆਂ ਪੁਜੀਸ਼ਨਾਂ 'ਤੇ ਪਹੁੰਚ ਗਏ, ਵੱਡਿਆਂ ਅਹੁਦਿਆਂ 'ਤੇ ਪਹੁੰਚ ਗਏ, ਕੰਟਰੀਆਂ 'ਚ ਵੱਡੀਆਂ 'ਚ ਪਹੁੰਚ ਕੇ ਵੱਡੇ ਵੱਡੇ ਬਿਜ਼ਨਸ ਖੜ੍ਹੇ ਕਰ ਲਏ। ਬਾਈ ਪਿੱਛੇ ਵੀ ਝਾਤ ਮਾਰੋ ਯਾਰ। ਸਾਡੇ ਵਰਗੀਆਂ ਸੰਸਥਾਵਾਂ ਨੂੰ ਫਿਰ ਮੁੜ ਕੇ ਪੈਸੇ ਦੇਣ ਦੀ ਬਜਾਏ ਬਾਈ ਇਹ ਮੱਥੇ 'ਤੇ ਕਲੰਕ ਨੇ ਅੱਜ ਦੇ ਹਾਲਾਤ ਦੇ ਵਿੱਚ। ਸਾਡੀਆਂ ਸੰਸਥਾਵਾਂ ਪੰਜਾਬ ਦੇ ਮੱਥੇ 'ਤੇ ਬਦਮਾ ਦਾਗ ਨੇ ਇਹ। ਪਰ ਕੀ ਕਰੀਏ, ਹੁਣ ਸੁੱਤੇ ਨੂੰ ਉਠਾਉਣ ਲਈ ਤਾਂ ਖੜਕਾ ਕਰਨਾ ਹੀ ਪੈਣਾ ਫਿਰ। ਤੇ ਜੇ ਤੁਸੀਂ ਜਾਗ ਪਵੋ ਤੇ ਸਾਡੀਆਂ ਸੰਸਥਾਵਾਂ ਆਪਣੇ ਆਪ ਹੀ ਬੰਦ ਹੋ ਜਾਣ, ਇਹਨਾਂ ਦੀ ਲੋੜ ਹੀ ਨਾ ਪਵੇ ਪੰਜਾਬ 'ਚ। ਪੰਜਾਬ 'ਚ ਪਿੰਗਲਵਾੜਾ ਸਾਹਿਬ ਤੋਂ ਬਿਨਾਂ ਕੋਈ ਆਸ਼ਰਮ ਨਹੀਂ ਸੀ ਅੱਜ ਤੋਂ 10-20 ਸਾਲ ਪਿੱਛੇ। ਝਾਤ ਮਾਰੀਏ ਤੇ ਅੱਜ ਤੋਂ 20 ਸਾਲ ਅੱਗੇ ਝਾਤ ਮਾਰਿਓ ਤੁਸੀਂ, ਹਰ ਪਿੰਡ ਦੇ ਵਿੱਚ ਨਾ ਬਣ ਕੇ ਤਾਂ ਕਹਿ ਦਿਓ ਜਿਹੜੇ ਹਾਲਾਤ ਬਣੀ ਜਾਂਦੇ। ਕੋਈ ਸਾਡਾ ਬਾਪੂ ਧਰਮਸ਼ਾਲਾ 'ਚ ਸੌਂਦਾ, ਕੋਈ ਸਾਡਾ ਬਾਪੂ ਬੇਬੇ ਸ਼ਮਸ਼ਾਨ ਘਾਟ 'ਚ ਸੌਂਦਾ, ਕੋਈ ਬੱਸ ਅੱਡੇ 'ਤੇ ਪਿਆ। ਕਿੱਧਰ ਨੂੰ ਜਾਈ ਜਾਂਦੇ ਹਾਂ ਅਸੀਂ? ਬਾਹਰ ਨੂੰ ਜਾਣ ਦੀ ਹੋੜ ਲੱਗ ਗਈ ਸਾਡੀ, ਵੱਡੀਆਂ ਵੱਡੀਆਂ ਸਾਡੀਆਂ ਗੱਲਾਂ। ਅੱਗੇ ਇੱਕ ਬੰਦਾ ਕਣਕ ਝੋਨੇ ਦੀ ਫਸਲ 'ਤੇ ਜ਼ਿੰਦਗੀ ਬਤੀਤ ਕਰਦਾ ਸੀ, ਜਿੰਨੇ ਕੁ ਕਮਾ ਕੇ ਡਰੰਮ 'ਚ ਪਾ ਲਏ ਉਹਨੂੰ ਐਂ ਸਬਰ ਹੁੰਦਾ ਸੀ ਵੀ ਮੇਰੇ ਕੋਲ ਹੁਣ 6 ਮਹੀਨਿਆਂ ਦਾ ਆਟਾ ਪਿਆ ਵਾ। ਹੁਣ ਤਾਂ ਅਸੀਂ ਕਦੇ ਵੀ ਨਾ ਖਤਮ ਹੋਣ ਵਾਲੀ ਦੌੜ 'ਤੇ ਲੱਗੇ ਹਾਂ, ਚਾਹੇ ਉਹ ਗਰੀਬ ਆ ਚਾਹੇ ਅਮੀਰ ਆ। ਜਿਹਦਾ ਦਾਅ ਲੱਗ ਜਾਂਦਾ ਬਸ ਉਹ ਦੱਬੀ ਤੁਰਿਆ ਜਾਂਦਾ। ਪਰ ਕਿਤੇ ਨਾ ਕਿਤੇ ਫਿਰ ਸਰਬਜੀਤ ਹੁਣੀ ਤਾਂ ਫਿਰ ਇਹਨਾਂ ਹਾਲਾਤਾਂ ਦੇ ਵਿੱਚ ਜਾ ਰਹੇ ਨੇ ਜਿਹੜਾ। ਇਹ ਸਾਡੀਆਂ ਸਾਰਿਆਂ ਦੀਆਂ ਗਲਤੀਆਂ, ਇਸ ਵੀਰ ਦੀ ਕੋਈ ਗਲਤੀ ਨਹੀਂ। ਇਹਨੇ ਕੋਈ ਸ਼ਰਮ ਨਹੀਂ ਮੰਨੀ, ਇਹਨੇ ਇਹ ਨਹੀਂ ਕਿਹਾ ਵੀ ਮੈਂ ਬਹੁਤ ਘੈਂਟ ਹਾਂ, ਮੈਂ ਗੁਰਸਿੱਖ ਹਾਂ, ਮੈਂ
ਪੰਜਾਬੀਆਂ ਵੇਟਰ ਦਾ ਵੀ ਕੰਮ ਕਰਦਾ ਰਿਹਾ। ਦੇਖੋ ਉਸ ਟਾਈਮ ਦਸਤਾਰ ਬੰਨਦਾ ਸੀ, ਵੇਟਰ ਦਾ ਕੰਮ ਵੀ ਕਰਦਾ ਰਿਹਾ ਨੇ, ਕੋਈ ਸ਼ਰਮ ਨਹੀਂ ਮੰਨੀ ਕਿਰਤ ਦੇ ਵਿੱਚ। ਪਰ ਵਕਤ ਨੂੰ ਪਤਾ ਨਹੀਂ ਕੀ ਮਨਜ਼ੂਰ ਸੀ, ਉਹ ਵਾਹਿਗੁਰੂ ਨੂੰ ਪਤਾ ਨਹੀਂ ਕੀ ਮਨਜ਼ੂਰ ਸੀ। ਇਸ ਮਾਂ ਦੇ ਤਿੰਨ ਪੁੱਤ ਪਹਿਲਾਂ ਚੜ੍ਹਾਈ ਕਰ ਗਿਆ, ਚੌਥਾ ਇੱਕ ਬੱਚਾ ਸੀ ਇਹਨੂੰ ਵੀ ਮੰਜੇ ਤੇ ਪਾਇਆ। ਇਹ ਕੋਈ ਕਰਮਾਂ ਦਾ ਲੈਣ ਦੇਣਾ, ਪਰ ਅਸੀਂ ਕਿੰਨੇ ਮਾੜੇ ਕਰਮਾਂ ਵਾਲੇ ਹਾਂ ਵੀ ਅਸੀਂ ਇਹਨਾਂ ਦੀ ਮਦਦ ਨਹੀਂ ਕਰ ਪਾ ਰਹੇ। ਦੇਖੋ ਠੀਕ ਆ, ਇਹ ਤਕਲੀਫ ਚ ਨੇ, ਸਾਡਾ ਤਾਂ ਫਰਜ਼ ਬਣਦਾ। ਇਹ ਸਾਡੇ ਅੱਖਾਂ ਦੇ ਸਾਹਮਣੇ ਜਨਰਲ ਡਾਇਰ ਵੀ ਪਿਆ ਨਾ ਤੜਫ ਰਿਹਾ, ਸਾਡਾ ਤਾਂ ਉਹਨੂੰ ਵੀ ਫਰਜ਼ ਬਣਦਾ ਵੀ ਉਹਨੂੰ ਚੱਕੀਏ, ਜੇ ਭਾਈ ਘਨੱਈਆ ਜੀ ਦੇ ਅਸੀਂ ਵਾਰਸ ਕੌਣ ਹੈ ਆਪਣੇ ਆਪ ਨੂੰ। ਇਹ ਤਾਂ ਸਾਡਾ ਦੁਸ਼ਮਣ ਹੀ ਨਹੀਂ ਹੈਗਾ, ਤਾਂ ਸਾਡਾ ਆਪਣਾ ਵਾ। ਅੱਜ ਸਾਡੀ ਬੇਨਤੀ ਆ ਦੋਨੋਂ ਹੱਥ ਜੋੜ ਕੇ ਭੈਣ ਭਰਾਵਾਂ ਨੂੰ, ਆਪਣੀ ਜ਼ਿੰਮੇਵਾਰੀ ਵੱਲ ਨੂੰ ਖਿਆਲ ਕਰੋ, ਆਪਣੇ ਆਸ ਪਾਸ ਖਿਆਲ ਕਰੋ, ਲੋਕਾਂ ਦੀ ਮਦਦ ਕਰੋ, ਆਪਣੇ ਪਿੰਡਾਂ ਵੱਲ ਝਾਕੋ। ਸਾਡੇ ਪਿੰਡਾਂ ਦੇ ਵਿੱਚ ਜੇ ਆਹ ਹਾਲਾਤ ਬਣੇ ਆ ਤਾਂ ਆਪਾਂ ਉਹਨਾਂ ਦੀ ਹੰਭਲਾ ਮਾਰ ਕੇ ਮਦਦ ਕਰੀਏ, ਉਹਨਾਂ ਨੂੰ ਇਹਨਾਂ ਹਾਲਾਤਾਂ 'ਚ ਜਾਣਾ ਨਾ ਪਵੇ। ਅਸੀਂ ਇੰਨੀਆਂ ਕੁ ਬੇਨਤੀਆਂ, ਪਿੰਡ ਤਾਜੋ ਕੇ ਆ, ਜ਼ਿਲ੍ਹਾ ਬਰਨਾਲਾ, ਤਪਾ ਮੰਡੀ ਦੇ ਬਿਲਕੁਲ ਬੁੱਕਲ ਦੇ ਵਿੱਚ ਇਹ ਪਿੰਡ ਆ, ਅਤੇ ਇੱਥੇ ਅਸੀਂ ਅੱਜ ਪਹੁੰਚੇ ਹਾਂ। ਇਹ ਸਰਕਾਰੀ ਕਲੋਨੀਆਂ ਕੱਟੀਆਂ ਹੋਈਆਂ ਵਾ ਕਿਸੇ ਟਾਈਮ, ਜਿਹੜੀਆਂ ਗਰੀਬਾਂ ਨੂੰ ਕੱਟੀਆਂ ਜਾਂਦੀਆਂ, ਅਤੇ ਉਹ ਸਰਕਾਰੀ ਰਿਹਾਇਸ਼ ਘਰ ਬਣਾ ਕੇ ਦਿੱਤੇ ਗਏ ਸੀਗੇ ਬਾਦਲ ਸਰਕਾਰ ਦੇ ਵਿੱਚ, ਅਤੇ ਅੱਜ ਉਹਨਾਂ ਦੀਆਂ ਛੱਤਾਂ ਢਹਿ ਚੁੱਕੀਆਂ ਵਾ, ਕਿਉਂਕਿ ਵੋਟਾਂ ਵਾਸਤੇ ਕੀਤੇ ਗਏ ਕੰਮ ਇਸ ਤਰ੍ਹਾਂ ਦੇ ਹੀ ਹੁੰਦੇ ਆ। ਬਸ ਸਾਡੀਆਂ ਇੰਨੀਆਂ ਕੁ ਬੇਨਤੀਆਂ, ਹੁਣ ਜੇ ਤੁਸੀਂ ਕੁਛ ਕਰ ਸਕਦੇ ਹੋ ਤਾਂ ਇਹ ਸਰਬਜੀਤ ਵੀਰ ਵਾਸਤੇ ਅਰਦਾਸ ਕਰਿਓ, ਇਸ ਮਾਂ ਵਾਸਤੇ ਅਰਦਾਸ ਕਰਿਓ। ਇੱਕੋ ਹੀ ਰਹਿ ਗਿਆ ਬਸ ਪਿੱਛੇ, ਹੁਣ ਸਹਾਰਾ, ਹੋਰ ਕੋਈ ਸਹਾਰਾ ਨਹੀਂ ਬਚਿਆ। ਜਵਾਈਆਂ ਦੇ ਦਿਲ ਤੇ ਜਾ ਕੇ ਬਹਿਣ ਦੀ ਬਜਾਏ ਇਹ ਆਪਣੇ ਕਹਿੰਦੀ ਮੈਂ ਇਸ ਪੁੱਤ ਨੂੰ ਬਸ ਬਹਿੰਦਾ ਹੀ ਹੋ ਜਾਵੇ, ਮੈਂ ਇਹਨੂੰ ਪਾਲ ਲੂੰ ਆਪੇ, ਕੰਮ ਕਰਨ ਜੋਗਾ ਵੀ ਨਾ ਹੋਵੇ, ਬਸ ਜਿਉਂਦਾ ਰਹੇ, ਮੇਰੀ ਅੱਖਾਂ ਦੇ ਸਾਹਮਣੇ ਬੈਠਾ ਰਹੇ, ਬਸ ਇਹੀ ਮੰਗਦੀ ਆ ਮਾਂ। ਉਹ ਇਹ ਨਹੀਂ ਕਹਿੰਦੀ ਮੈਨੂੰ ਭਲਵਾਨ ਬਣਾਉਣਾ, ਉਹ ਕਹਿੰਦੀ ਮੇਰੀ ਅੱਖਾਂ ਸਾਹਮਣੇ ਰਹਿ ਜਾਵੇ, ਮੈਂ ਦਿਨ ਕੱਟ ਲੂੰ ਬਸ। ਅੱਜ ਤੜਕੇ ਦਾ ਇਹਦੇ ਕੁਛ ਵੀ ਨੀ ਕਰਿਆ, ਪਹਿਲਾਂ ਤਾਂ ਪਾਣੀ ਨੀ ਹੈਗਾ, ਸਾਡੇ ਪੈਪ ਲੈ ਕੇ ਆਈ, ਪੈਪ ਹਜੇ ਲਿਆਂਦੀ ਨੀ, ਉਹ ਦੱਬਣੀ ਆ ਗਈ, ਇਹ ਪੁਰਾਣੀ ਸੀਗੀ, ਉਹ ਹਜੇ ਕੋਈ ਛੱਡ ਕੇ ਨੀ ਗਿਆ, ਫਿਰ ਦੁਬਾਰੇ ਦੁੱਧ ਲੈਣ ਗਈ ਸੀ, ਹੁਣ ਆ ਕੇ ਪਿੰਡੋਂ ਇਹ ਕਹਿੰਦਾ ਮੈਂ ਤਾਂ ਰੋਟੀ ਖਾਣੀ ਆ, ਦਾਲ ਬਣਾ ਕੇ ਦੇ, ਬੜੀਆਂ ਨੀ, ਫਿਰ ਬੜੀਆਂ ਲੈਣ ਵਗ ਗਈ, ਦੂਰ ਦੇਖ ਲਓ ਵੀਰ ਜੀ ਕਿੱਥੇ, 4-5 ਗੇੜੇ ਲੱਗ ਜਾਂਦੇ ਮੇਰੇ। ਤੂੰ ਪਿੰਡ ਚੋਂ ਲਿਆਉਂਦੇ ਹਾਂ? ਹਾਂ ਪਿੰਡ ਚੋਂ ਲਿਆਉਂਦੇ ਵੀਰ ਜੀ, ਜਾ ਕੇ ਪਿੰਡ ਚੋਂ 1.5-2 ਕਿਲੋਮੀਟਰ ਬਾਹਰ ਇਹ ਖੇਤਾਂ ਦੇ ਵਿੱਚ ਇੱਕ ਬਸਤੀ ਬਣੀ ਹੋਈ ਆ, ਉਹਦੇ 'ਚ ਰਹਿੰਦੇ ਆ, ਤੇ ਘਰੇ ਕੋਈ ਨਾ ਤਾਂ ਸਾਈਕਲ ਮੋਟਰਸਾਈਕਲ ਨਾ ਕੋਈ ਚਲਾਉਣ ਵਾਲਾ ਨਾ ਹੀ ਕੋਈ ਹੈ। ਮਾਂ ਤੁਰ ਕੇ ਜਾਂਦੀ ਹੈ ਪਿੰਡ 'ਚ ਵਿਚਾਰੀ, ਤੇ ਤੁਰ ਕੇ ਜਾ ਕੇ ਪਿੰਡ 'ਚੋਂ ਪਹਿਲਾਂ ਪੱਠੇ ਘਾਹ ਵੱਢ ਕੇ ਛਿੱਟੇ ਚੁੱਕ ਚੁੱਕ ਕੇ ਆਪਣੇ ਬੱਚਿਆਂ ਨੂੰ ਪਾਲਦੀ ਰਹੀ। ਇਹ ਕਿਹੜਾ ਲੁਧਿਆਣੇ ਸ਼ਹਿਰ 'ਚ ਆ ਵੀ ਚੱਲ ਕਿਸੇ ਦੇ ਘਰ ਕੋਠੀ ਦਾ ਕੰਮ ਕਰਕੇ ਪਾਲ ਲੂ, ਇੱਥੇ ਤਾਂ ਪਿੰਡਾਂ ਦੇ ਵਿੱਚ ਆਹੀ ਕੁਛ ਰਹਿ ਜਾਂਦਾ। ਤੇ ਹੁਣ 1.5 ਸਾਲ ਹੋ ਗਿਆ ਆਪਦੇ ਪੁੱਤ ਨੂੰ, ਜੀ ਤੋਂ ਆਸ ਸੀ ਵੀ ਹੁਣ ਮੈਨੂੰ ਇਹ ਗੱਭਰੂ ਹੋ ਗਿਆ ਸਾਂਭੂ, ਮੇਰੀ ਸੇਵਾ ਕਰੂ, ਉਹਦੀ ਸੇਵਾ ਤੇ ਲੱਗੀ ਹੋਈ ਹੈ ਵਿਚਾਰੀ। ਕੀ ਨਾਮ ਆ ਤੁਹਾਡਾ? ਸ਼ਿੰਦਰ ਕੌਰ। ਹੁਣ ਮੈਂ ਜ਼ਖਮ ਕਿੰਨੇ ਕ ਪਿੱਛੇ ਜ਼ਖਮ ਇਹਦੇ ਵੀਰ ਜੀ ਜਿਹੜਾ ਆ ਸਾਈਡ ਆਪਣੇ ਤੋਂ ਹੀ ਤੇ ਹਾਂ ਇਹ ਹੈ ਤਾਂ ਬਸ ਐ ਹੀ ਆ ਗਾ, ਜਿਵੇਂ ਆ ਚੀਜ਼ ਆ ਗਈ ਬਸ ਐ ਹੀ ਆ, ਹਏ ਇਹ ਇੰਨਾ ਸਾਰਾ ਗਾ, ਯਾਨੀ ਕਿ ਐ ਆ ਗਾ ਇੱਥੋਂ ਤਾਂ ਇੰਨਾ ਗਾ, ਇਹਦੇ ਨਾਲ ਫਿਰ ਆ ਚੀਜ਼ਾਂ ਤੇ ਇੰਨੇ ਆਏ ਨੇ ਜੀ, ਇੰਨਾ ਥੰਨ ਪਾ ਕੇ ਨੇ, ਇੰਨਾ ਘਟੇ ਆ ਇਹ ਜੀ, ਬਸ ਦਵਾਈਆਂ ਨਾਲ ਹੀ, ਜਿਵੇਂ ਹੁਣ ਅਸੀਂ ਸਰਕਾਰੀ ਬਰਨਾਲੇ ਦਾਖਲ ਕਰ ਲਿਆ ਸੀ, ਬਾਬਾ ਆਦਮਪੁਰੇ ਤੋਂ ਖਾਲਸਾ,
ਉਹ ਦਵਾਈ ਦੇ ਕੇ ਗਿਆ ਸੀ, ਉਹਦੇ ਨਾਲ ਵੀ ਠੀਕ ਹੋ ਗਏ। ਹੁਣ ਆਹ ਮਾੜੇ ਮਾੜੇ ਜੀ ਆਹ ਰਹਿੰਦੇ ਨੇ, ਬਸ ਹੱਡੀਆਂ ਤੇ ਜਾਂ ਆਹ ਪੈਰ ਨਾਲ ਦੁਬਾਰੇ ਹੋ ਗਿਆ ਚੀਜ਼ਾਂ। ਹਾਂਜੀ ਟੁੱਟ ਗਈ ਇਹਦੀ? ਨਹੀਂ ਜੀ ਟੁੱਟੀ ਨਹੀਂ ਹੈਗੀ, ਅਸੀਂ ਇਹਦੀ ਲੱਤ ਅਸੀਂ ਫਿਰ ਗਈ ਪੇਟ ਵਗੈਰਾ ਕੁਛ ਗਲਤ ਹੋ ਗਿਆ ਉਸ ਟਾਈਮ, ਕੀ ਕਾਰਨ ਰਿਹਾ ਏਦਾਂ ਰਿਪੋਰਟਾਂ ਦੇਖ ਕੇ ਸਮਝ ਲਾ ਵੀ ਤਿੰਨ ਚਾਰ ਕ ਮਹੀਨੇ ਹੋਇਆ ਲੱਤ ਨੂੰ ਆਏ ਹੋਈ ਨੂੰ, ਪਹਿਲਾਂ ਜਮੇ ਨੀ ਸੀ ਹੈਗੀ। ਪਤਾ ਲੱਗਦਾ ਥੋੜਾ ਬਹੁਤ ਤਾਂ ਇਹ ਕਨੈਕਸ਼ਨ ਟੁੱਟਿਆ ਨਹੀਂ, ਜਿਵੇਂ ਹੁਣ ਤੂੰ ਮੜਾ ਕੀਤਾ ਸੀ ਮੂੰਹ ਜਿਹਾ ਇਦਾਂ, ਅਰੇ ਲੱਗਦਾ ਨਾ ਚੱਪਣੀ ਤੇ ਲੱਗਦਾ, ਇੱਥੋਂ ਲੱਗਦਾ, ਇੱਥੇ ਲੱਗਦਾ, ਇੱਥੋਂ ਉੱਪਰੋਂ ਨਹੀਂ ਪਤਾ ਲੱਗਦਾ। ਨਾ ਕੀ ਜੀ ਜਦੋਂ ਐਂ ਕਰਦੇ ਵੀ ਕੀ ਇਸ ਲੋਟਾ ਐਂ ਪਤਾ ਲੱਗਦਾ, ਨਹੀਂ ਉਦੋਂ ਇੱਥੇ ਪੇਨ ਹੁੰਦੀ ਹੈ ਕਿ ਇੱਥੇ ਹੁੰਦੀ ਦਰਦ? ਦਰਦ ਨਹੀਂ ਹੁੰਦਾ ਜੀ, ਉਹ ਚੱਪਣੀ ਨੂੰ ਜਦੋਂ ਛੇੜਦੇ ਹਾਂ ਉਦੋਂ ਐਂ ਲੱਗਦਾ ਜਿਵੇਂ ਕੋਈ ਵੀ ਛਿਲਦਾ ਹੋਵੇ, ਛਿਲਦਾ ਹੋਵੇ ਜਿਵੇਂ। ਓਕੇ ਹੁਣ ਇੱਥੇ ਇੱਥੇ ਤਾਂ ਪਤਾ ਲੱਗਦਾ ਚੁੰਡੀ ਪੱਟੀ ਦਾ ਕਿ ਨਹੀਂ, ਇੱਥੇ ਵੀ ਨਹੀਂ ਪਤਾ ਲੱਗਦਾ? ਤੇ ਇੱਥੇ ਪਤਾ ਲੱਗਦਾ ਕਿੱਥੇ ਤੱਕ ਲੱਗਦਾ? ਇੱਥੇ ਇੱਥੇ ਲੱਗਦਾ, ਇੱਥੇ ਵੀ ਲੱਗਦਾ, ਇਹ ਇੱਥੇ ਇੱਥੇ ਲੱਗਦਾ, ਆਹ ਬਾਰਡਰ ਆ ਹਨਾ, ਆਹ ਬਾਰਡਰ ਆ, ਆਹ ਕੱਛਾਂ ਦੀ ਸੇਧ ਆ ਬਸ। ਇਦੋ ਉੱਪਰ ਵੀਰੇ ਦੇ ਚੁੰਡੀ ਵੱਡੀ ਮੱਛਰ ਲੜਿਆ ਫੀਲ ਹੁੰਦਾ ਦੇਖੋ, ਇਦੂ ਥੱਲੇ ਚਾਹੇ ਚਾਕੂ ਮਾਰ ਦੋ ਚਾਹੇ ਵੱਢ ਦੋ ਕੋਈ ਫਰਕ ਨੀ ਪੈਂਦਾ, ਡੈਡ ਹੀ ਹੋ ਗਿਆ ਥੱਲੇ ਵਾਲਾ ਹਿੱਸਾ। ਪਹਿਲਾਂ ਵੀ ਉਹ ਲੱਤਾਂ ਤੇ ਜਿਹੜੇ ਜ਼ਖਮ ਨੇ ਉਹਦੇ ਤੋਂ ਵਿੱਚੋਂ ਮਾਸ ਖਰਾਬ ਹੋ ਜਾਂਦਾ ਸੀ, ਉਹ ਜਿਹੜੇ ਆਸ਼ਰਮ ਚ ਰੱਖਿਆ ਸੀ ਮੈਂ ਪਹਿਲਾਂ, ਉਹ ਜਿਹੜੀ ਡਾਕਟਰਨੀ ਮੈਡਮ ਪੱਟੀ ਕਰਦੀ ਹੁੰਦੀ ਸੀ, ਉਹ ਜਿਹੜਾ ਗਲਿਆ ਪਿਆ ਮਾਸ ਹੁੰਦਾ ਸੀ ਉਹ ਸਰਜਰੀ ਵਾਲੇ ਬਲੇਟ ਨਾਲ ਹੀ ਵੱਢੇ ਜਾਂਦੇ ਸੀ, ਕੋਈ ਟੀਕਾ ਨੀ ਲਾਉਂਦੇ ਸੀ, ਗੋਲੀ ਨੀ ਸੀ ਦਿੰਦੇ, ਬਸ ਅਸੀਂ ਮੇਰੇ ਸਾਹਮਣੇ ਵੱਢ ਕੇ ਲੈ ਜਾਂਦੇ। ਕੱਢਣਾ ਗੰਦੇ ਮਾਸ ਨੂੰ ਉਹ ਚਾਹੇ ਟੀਕਾ ਲਾ ਕੇ ਕੱਢ ਲਈਏ ਚਾਹੇ ਨਾ ਕੱਢ ਲਈਏ, ਤੇਰੇ ਪੇਨ ਤਾਂ ਹੋ ਨੀ ਰਹੀ, ਤੇ ਉਹ ਜਰੂਰੀ ਹੁੰਦਾ ਵਾ ਉਹ ਚੀਜ਼ਾਂ ਨੂੰ। ਦੇਖੋ ਹੁਣ ਮੇਰੀ ਵੀ ਗੱਲ ਏਦਾਂ ਵਾ ਸਰਬਜੀਤ ਪੁੱਤ, ਤੂੰ ਹੁਣ ਸਾਡੇ ਨਾਲ ਜਾਣਾ ਹਨਾ, ਠੀਕ ਤੈਨੂੰ ਉਹਨੇ ਕਰਨਾ, ਵਾਹਿਗੁਰੂ ਨੇ ਅਸੀਂ ਨੀ ਕਰਨਾ, ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰ ਸਕਦੇ ਸੱਚੇ ਪਾਤਸ਼ਾਹ ਕਿਰਪਾ ਕਰੇ ਤੁਸੀਂ ਦੋਨੋਂ ਮਾਂ ਪੁੱਤ ਸਾਡੇ ਕੋਲ ਰਹੋ, ਜਿਵੇਂ ਉਹ ਵੀਰ ਵੀ ਤੁਸੀਂ ਦੱਸਦੇ ਹੋ ਲੈ ਕੇ ਗਏ, ਹੁਣ ਚੰਗੇ ਬੰਦਾ ਤਾਂ ਚੰਗੇ ਲਈ ਲੈ ਕੇ ਜਾਂਦਾ, ਮਾੜੇ ਲਈ ਕੋਈ ਨੀ ਕਰਦਾ ਕਿਸੇ ਲਈ ਹਨਾ, ਹਾਂ ਅਸੀਂ ਵੀ, ਮੈਂ ਉਹਨਾਂ ਨੂੰ ਵੀਰਾਂ ਨੂੰ ਜਾਣਦਾ ਨੀ ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ, ਅਸੀਂ ਵੀ ਤੁਹਾਨੂੰ ਇੱਥੋਂ ਜੇ ਆਏ ਹਾਂ ਤਾਂ ਚੰਗੇ ਲਈ ਲੈਣ ਆਏ ਹਾਂ, ਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਵੀ ਤੇਰਾ ਮਾੜਾ ਮੋਟਾ ਵੀ ਸਰੀਰ ਚੱਲਦਾ ਹੋ ਜਾਵੇ, ਤੂੰ ਆਪਣੇ ਆਪ ਜੋਗਾ ਹੋ ਜਾਵੇਂ, ਰੋਟੀ ਖਾਣ ਜੋਗਾ ਹੋ ਜਾਵੇਂ, ਹੱਥ ਚੱਲਣ ਲੱਗ ਜਾਣ, ਇਹ ਸਾਰੀਆਂ ਚੀਜ਼ਾਂ ਹੋਣੀਆਂ ਤਾਂ ਦਾ ਜਦੋਂ ਤੇਰੀ ਰੀੜ ਦੀ ਹੱਡੀ ਜਿਹੜੀ ਸਪਾਈਨਲ ਕੋਰਡ ਦੇ ਵਿੱਚ ਇੰਜਰੀ ਆ ਜਿਹੜਾ ਉਹ ਡੈਮੇਜ ਹੋਇਆ, ਜੇ ਉਹ ਥੋੜਾ ਬਹੁਤਾ ਠੀਕ ਹੋ ਜਾਵੇ। ਐਕਸੀਡੈਂਟ ਦੇ ਵਿੱਚ ਜ਼ਿਆਦਾਤਰ ਰਿਪੋਰਟ ਜਿਹੜੀ ਆਉਂਦੀ ਆ ਹੱਡੀ ਰੀੜ ਦੀ ਹੱਡੀ ਟੁੱਟ ਜਾਂਦੀ ਹੈ, ਜਿਵੇਂ ਤੇਰੀ ਰੀੜ ਦੀ ਹੱਡੀ ਟੁੱਟ ਗਈ ਸੀਗੀ ਡਾਕਟਰ ਕਹਿੰਦੇ ਜਾਂ ਕਰੈਕ ਹੋਈ ਆ? ਸਰਵਾਈਕਲ ਲੈਵਲ ਹੁੰਦਾ ਜੀ ਸੱਤ ਮਣਕੇ ਧੋਣ ਦੇ, ਉਹ ਚ ਪੰਜਵਾਂ ਮਣਕਾ ਤੇੜ ਖਾ ਗਿਆ, ਛੇਵਾਂ ਮਣਕਾ ਜੀ ਪਿੱਛੇ ਨੂੰ ਹਟ ਗਿਆ ਸੀ, ਦੱਬ ਗਿਆ ਸੀ ਥੋੜਾ ਜਿਹਾ, ਉਹ ਡਾਕਟਰਾਂ ਨੇ ਆਪਰੇਸ਼ਨ ਕਰਕੇ ਜੀ ਪੀ ਜੀ ਆਈ ਚ ਉਹ ਸਹੀ ਤਾਂ ਕਰਤਾ, ਜਿਹੜੀ ਕੋਈ ਸਰਕਲ ਵਾਲੀ ਨਾੜ ਜੀ ਉਹ ਬਲੌਕ ਹੋ ਗਈ, ਬਸ ਆਹ ਸਰੀਰ ਆਇਆ। ਅਸਲ ਚ ਕੀ ਆ ਆਪਣਾ ਸਰੀਰ ਏਦਾਂ ਦਾ ਬਣਿਆ ਹੋਇਆ, ਚਲੋ ਪਹਿਲਾਂ ਮੈਂ ਤੈਨੂੰ ਬਾਅਦ ਚ ਕਰਦਾ ਗੱਲਾਂ, ਵੀਡੀਓ ਬੰਦ ਕਰੀਏ ਆਪਾਂ, ਠੀਕ ਹੈ ਜੀ। ਸੰਗਤ ਨੂੰ ਬੇਨਤੀ ਆ ਇਸ ਸਰਬਜੀਤ ਵੀਰ ਵਾਸਤੇ ਅਰਦਾਸ ਕਰਿਓ, ਅਸੀਂ ਇਸ ਵੀਰ ਨੂੰ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਚੱਲੇ ਹਾਂ, ਬਸ ਸਿਰਫ ਤੁਹਾਡੀਆਂ ਅਰਦਾਸਾਂ ਦੀ ਤੁਹਾਡੀਆਂ ਅਸੀਸਾਂ ਦੀ ਜ਼ਰੂਰਤ ਆ, ਕਿਉਂਕਿ ਇਹਨੂੰ ਵੀਰ ਨੂੰ ਜੇ ਠੀਕ ਕਰਨਾ ਤਾਂ ਜਨ ਕੀ ਅਰਦਾਸ ਵਿਰਥੀ ਨਾ ਜਾਏ, ਤੁਹਾਡੀਆਂ ਦੁਆਵਾਂ ਨੇ ਤੁਹਾਡੀਆਂ ਅਰਦਾਸਾਂ ਨੇ ਕਰਨਾ ਠੀਕ। ਇਲਾਜ ਵੱਲੋਂ ਤਾਂ ਪਰਿਵਾਰ ਨੇ ਕਈ ਵਾਰ ਪਿੰਡ ਮੰਗ ਕੇ ਇਲਾਜ ਕਰਾ ਲਿਆ, ਲੱਖਾਂ ਰੁਪਈਆ ਲਾ ਵੀ ਚੁੱਕੇ ਆ, ਤੇ ਸਾਡੀ ਬੇਨਤੀ ਅਰਦਾਸ ਕਰਿਓ ਸਾਡੇ ਵੀ ਮਹਾਰਾਜ ਸੱਚੇ ਪਾਤਸ਼ਾਹ ਮਿਹਨਤ ਪੱਲੇ ਪਾਉਣ, ਸਫਲ ਹੋਵੇ ਸਾਡੀ ਸੇਵਾ, ਸਾਨੂੰ ਵਾਹਿਗੁਰੂ ਜੀ ਹਿੰਮਤ ਬਖਸ਼ਣ, ਸਮਤ ਬੁੱਧੀ ਬਖਸ਼ਣ, ਅਸੀਂ ਵੀਰ ਦੀ ਸੇਵਾ ਸੰਭਾਲ ਉੱਥੇ ਕਰ ਸਕੀਏ, ਸੱਚੇ ਪਾਤਸ਼ਾਹ ਕਿਰਪਾ ਕਰਨੇ ਵੀਰ ਠੀਕ ਹੋ ਕੇ ਆਪਣਾ ਘਰ ਵਾਪਸੀ ਕਰੇ, ਆਪਣੀ ਮਾਂ ਦੇ ਨਾਲ ਰਹਿ ਕੇ ਇੱਕ ਚੰਗਾ ਜੀਵਨ ਬਤੀਤ ਕਰੇ, ਅਰਦਾਸ ਕਰਿਓ। ਬਾਕੀ ਉਹਨਾਂ ਵੀਰਾਂ ਦਾ ਧੰਨਵਾਦ ਆ ਜਿਹਨਾਂ ਨੇ ਜੀ ਵੀਰ ਦੀ
ਵੀਡੀਓ ਵਗੈਰਾ ਬਣਾ ਕੇ ਸਾਨੂੰ ਭੇਜੀ, ਸਾਡੇ ਤੱਕ ਪਹੁੰਚ ਕੀਤੀ, ਜਿਹਦੇ ਸਦਕਾ ਸਾਨੂੰ ਪਤਾ ਲੱਗਿਆ ਕਰੀਬ 4 ਕੁ ਦਿਨ ਹੋ ਗਏ ਸਾਡੇ ਨਾਲ ਸੰਪਰਕ, ਅਸੀਂ 4-5 ਦਿਨਾਂ ਤੋਂ ਇਹ ਪਰਿਵਾਰ, ਅਤੇ ਅਸੀਂ ਅੱਜ ਪਿੰਡ ਤਾਜੋ ਕੇ ਜ਼ਿਲ੍ਹਾ ਬਰਨਾਲਾ ਪਹੁੰਚੇ ਹਾਂ ਇੱਥੇ, ਅਤੇ ਹੁਣ ਵੀਰ ਨੂੰ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਜਾ ਰਹੇ ਹਾਂ। ਸਰਬਜੀਤ ਤੂੰ ਕਹਿਣਾ ਕੁਛ ਕਹਿ ਪੁੱਤ ਸੰਗਤ ਨੂੰ? ਮੈਂ ਤਾਂ ਇਹੀ ਬੇਨਤੀ ਕਰਦਾ ਵੀ ਕੋਈ ਮੇਰੇ ਵਰਗਾ ਰੁਲਦਾ ਖੁੱਲਦਾ ਤਾਂ ਵੀਰ ਬਣੇ। ਸਾਰੇ ਭੈਣ ਭਾਈਆਂ ਨੂੰ ਬੇਨਤੀ ਆ, ਕੋਈ ਬਾਹਰੇ ਬੈਠਾ ਕੋਈ ਦੇਖਦਾ ਤਾਂ ਕਿਰਪਾ ਕਰਕੇ ਵੀ ਮਦਦ ਕਰੋ, ਐਂ ਰੁਲਣਾ ਨਾ ਦਿਓ, ਕੋਈ ਇਲਾਜ ਕਰਾਓ ਤਾਂ ਉਹਦਾ ਕੋਈ ਕੁਛ ਮੰਗ, ਮਾੜੀ ਮੋਟੀ ਜਿੰਨੀ ਹੁੰਦੀ ਆ ਤਿਲ ਫੁੱਲ ਲਾ ਕੇ ਅਗਲੇ ਦੀ ਮਦਦ ਕਰੋ। ਮੈਂ 1.5 ਸਾਲ ਤੋਂ ਪਿਆ ਵੀਰ ਮੇਰੀ ਮਦਦ ਕਰ ਜਾਂਦੇ ਆ, ਅਤੇ ਉਦੋਂ ਬਾਅਦ ਫਿਰ ਐਂ ਜੇ ਕੋਈ ਮੇਰੀ ਮਦਦ ਪਹਿਲਾਂ ਕੋਈ ਹੋਈ ਹੁੰਦੀ ਜਾਂ ਗਰੀਬੀ ਨਾਲ ਘਰ 'ਚ ਹੁੰਦੀ ਹੋ ਸਕਦਾ ਮੇਰੇ ਚਾਹ ਦਿਨ ਹਾਂ ਦਿਨ ਦੇਖਦੇ ਹਾਂ ਜੀ। ਪਹਿਲਾਂ 4 ਉਹ 3 ਭਾਈ ਉਹ ਮੈਂ ਕਮਾਉਂਦਾ ਸੀ, ਰੱਬ ਨੇ ਕਮਾਉਣ ਵਾਲਾ ਵੀ ਨਹੀਂ ਛੱਡਿਆ ਪਾਸ ਨੂੰ। ਮੈਂ ਤਾਂ ਇਹੀ ਕਹਿਣਾ ਵੀ ਆਪਦਾ ਕਿਰਤ ਕਰੋ, ਹੱਕ ਸੱਚ ਦਿਖਾਓ, ਖਬਰਾਂ ਮੈਂ ਜੀ ਵੀ ਪਾਪ ਕਰਿਆ ਜਿਹੜਾ ਮੇਰੇ ਪਾਪ ਮੂਹਰੇ ਆਏ। ਕੋਈ ਨਾ ਤੂੰ ਕਹਿੰਦਾ ਪਾਪ ਕੀਤਾ ਛੋਟੇ ਭਰਾ, ਤਾਂ ਕੋਈ ਕਰਮਾਂ ਦੇ ਲੈਣੇ ਦੇਣੇ ਆ, ਬਸ ਉਹ ਭੋਗਤੇ ਆਪਾਂ, ਠੀਕ ਆ? ਸੱਚੇ ਪਾਤਸ਼ਾਹ ਕਿਰਪਾ ਕਰਨੀ, ਬਸ ਇੰਨੀਆਂ ਕੀ ਬੇਨਤੀਆਂ ਸਰਬਜੀਤ ਵੀਰ ਨੇ ਜੋ ਕੀਤੀਆਂ। ਬਾਈ ਖਿਆਲ ਕਰੋ ਯਾਰ, ਸਾਡਾ ਹੀ ਪੰਜਾਬ ਆ, ਸਾਡਾ ਹੀ ਪਰਿਵਾਰ ਆ, ਸਾਡਾ ਹੀ ਸਮਾਜ ਆ, ਸਾਡਾ ਹੀ ਉਹ ਪਿੰਡ ਆ ਜਿੱਥੇ ਤੁਸੀਂ ਜੰਮੇ ਪੜੇ ਹੋ। ਮਾਰਿਆ ਕਰੋ ਚਾਹਤ ਬਾਈ, ਉੱਥੇ ਜ਼ਰੂਰ ਮਾਰਿਆ ਕਰੋ, ਤਾਂ ਹੀ ਅਸੀਂ ਆਪਣੇ ਆਪ ਨੂੰ ਇਨਸਾਨ ਕਹਾਉਣ ਦੇ ਕਾਬਲ ਹਾਂ ਜੇ ਅਸੀਂ ਇਨਸਾਨੀਅਤ ਦਾ ਕੋਈ ਕੰਮ ਕਰੀਏ। ਕੰਮ ਤਾਂ ਅਸੀਂ ਸਾਰਾ ਦਿਨ ਪੈਸੇ ਇਕੱਠੇ ਕਰਨਾ ਕਰੀ ਜਾਂਦੇ, ਇਨਸਾਨ ਕਹਾਉਣ ਦੇ ਅਸੀਂ ਹੱਕਦਾਰ ਨਹੀਂ ਰਹਿ ਜਾਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।